قال الله تبارك وتعالى: نون والقلم وما يسطرون ما أنت بنعمة ربك بمجنون وإن لك لأجرا غير ممنون وإنك لعلى خلق عظيم. قال النبي صلى الله عليه وسلم: كان خلقه القرآن. نبی دے پیارے نے اے نبی دے پیارے نے اے اللہ دے پیارے جنت صحابہ ਦੀਤੇ ਜਨਤੀਓ ਸਾਰੇ ਜਨਤ ਸਹਾਬਾ ਦੀਤੇ ਜਨਤੀਓ ਸਾਰੇ ਪੜ ਖੋਲ ਕੁਰਾਨ ਦਿਵਰ ਕਿਆਨੋ ਕੁਰਾਨ ਗਵਾਹੀ ਦੇ ਰਿਹਾ ਪੜ ਖੋਲ ਕੁਰਾਨ ਦਿਵਰ ਕਿਆਨੋ ਕੁਰਾਨ ਗਵਾਹੀ ਦੇ ਰਿਹਾ ਏ ਇਲਜ਼ਾਮ ਲਗੇ ਅਮੀਆ ਸ਼ਾਹ ਤੇ ਰੱਬ ਆਪ ਸਫਾਈਆਂ ਦੇ ਰਿਹਾ ਏ ਉਹਨਾਂ ਦੇ ਗਵਾਹ ਉਹਨਾਂ ਦੇ ਗਵਾਹ ਕੁਰਾਨ ਦੇ ਸਿਪਾਰੇ ਜੰਨਤ ਸਹਾਬਾ ਦੀਤੇ ਜਨਤੀਓ ਸਾਰੇ ਜੰਨਤ ਸਹਾਬਾ ਦੀਤੇ ਜਨਤੀਓ ਸਾਰੇ ਨਹੀਂ ਡੋਲੇ ਥੱਪਦੀਆਂ ਕੋਲਿਆਂ ਤੇ ਈਮਾਨ ਬਿਲਾਲੇ ਹਬਸ਼ੀ ਦਾ ਵਿੱਚ ਜੰਨਤ ਦੇ ਆਹਟ ਕਦਮਾਂ ਦੀ ਵੇਖੋ ਸ਼ਾਨ ਬਿਲਾਲੇ ਹਬਸ਼ੀ ਦਾ ਜੰਨਤ ਚ ਵੇਖੇ ਜਾ ਕੇ ਜੰਨਤ ਚ ਵੇਖੇ ਜਾ ਕੇ ਓਏ ਆਕਾ ਨੇ ਨਜ਼ਾਰੇ ਜੰਨਤ ਸਹਾਬਾ ਦੀਤੇ ਜਨਤੀਓ ਸਾਰੇ ਜੰਨਤ ਸਹਾਬਾ ਦੀਤੇ ਜਨਤੀਓ ਸਾਰੇ ਹਮ ਕਿਸਮ ਦੀ ਹਮਦੋ ਸਨਾ ਤਾਰੀਫਾਤ ਤਸਬੀਹਾਤ ਅੱਲਾਹ ਵਖਤਹੂ ਲਾ ਸ਼ਰੀਕ ਲਹੂ ਦੀ ਜ਼ਾਤ ਵਾਸਤੇ ਵਾਸ ਜਿਹੜਾ ਕੁੱਲ ਕਾਇਨਾਤ ਦਾ ਦਾਤਾ ਮੁਸ਼ਕਲ ਖੁਸ਼ਾ ਹਾਜਤ ਰਵਾ ਰੰਜ ਬਖਸ਼ ਗੰਜ ਬਖਸ਼ ਲਜ ਬਾਲੇ ਗਰੀਬ ਨਵਾਜ਼ ਦੁਨੀਆ ਦੇ ਸਦੇ ਸਦੇ ਦਾ ਦਸਤਗੀਰ ਅਲਾ ਕੁੱਲ ਸ਼ੈਇਨ ਕਦੀਰ ਨਹਨੂ ਅਕਰਬੂ ਅਲੈਹੀ ਮਿਨ ਹਬਲਿਨ ਵਲੀਦ ਵਹੁਵਲ ਗਫੂਰੁਲ ਵਦੂਦ ਜ਼ੁਲ ਅਰਸ਼ਿਲ ਮਜੀਦ ਜਿਹਦੀ ਸਫਾਤ ਕਮਲਾਤ ਦੇ ਅੰਦਰ ਕੋਈ ਸ਼ਰੀਕ ਕੋਈ ਨਹੀਂ ਅਜ਼ਲ ਤੋਂ ਇਕੱਲਾ ਏ ਅਬ ਤੱਕ ਰਹੇਗਾ ਔਰ ਕੱਲ੍ਹ ਕਿਆਮਤ ਵਾਲੇ ਦਿਨ ਵੀ ਉਸ ਇਕੱਲੇ ਹੁਕਮਰਾਨ ਦੀ ਹੁਕਮਰਾਨੀ ਹੋਣੀ ਉਸ ਬਾਅਦ ਲੱਖਾਂ ਦੇ ਗੁਰੂਆਂ ਦੁਰੂਦ ਸਲਾਮ ਇਮਾਮ ਉਲ ਹਰਮੈਨ ਸੈਯਦ ਉਸ ਸਕਾਲੈਨ ਸ਼ੀਮਾ ਦੇ ਵੀਰ ਬਦਰੇ ਮੁਨੀਰ ਦੋਵੇਂ ਜੱਗਾਂ ਦੇ ਪੀਰ ਇਮਾਮੇ ਕੁਲ ਫਖਰੇ ਰਸੂਲ ਦਨਾਏ ਸਬੁਲ ਮੌਲੈ ਕੁਲ ਇਮਾਮ ਉਲ ਅਵਲੀਨ ਵਲ ਆਖਰੀਨ ਸੈਯਦਨਾ ਜਨਾਬ ਮੁਹੰਮਦ ਰਸੂਲੁੱਲਾਹ ਸੱਲੱਲਾਹੁ ਅਲੈਹੀ ਵਾਲੀ ਵਸੱਲਮ ਦੀ ਜ਼ਾਤ ਵ ਬਰਕਾਤ ਵਾਸਤੇ ਖਾਸ
ਅੱਲਾਹ ਦਾ ਜਿੰਨਾ ਵੀ ਸ਼ੁਕਰ ਅਦਾ ਕਰੀਏ ਥੋੜ੍ਹਾ ਹੈ ਕਿ ਜਿਸ ਅੱਲਾਹ ਰੱਬੁਲ ਆਲਮੀਨ ਨੇ ਦੁਨੀਆਦਾਰੀ ਦੇ ਗਲੀਜ਼ ਗੰਦੇ ਔਰ ਫਨਾ ਹੋਣ ਵਾਲੀ ਦੁਨੀਆ ਦੇ ਫਿਤਨਿਆਂ 'ਚੋਂ ਕੱਢ ਕੇ ਅੱਲਾਹ ਨੇ ਸਾਨੂੰ ਬਕਾ ਵਾਲੀ ਜ਼ਿੰਦਗੀ ਵਾਸਤੇ ਜਮ੍ਹਾਂ ਹੋਣ ਦੀ ਤੋਫੀਕ ਅਤਾ ਫਰਮਾਈ। ਦੁਆ ਕਰੋ ਜਿਸ ਤਰ੍ਹਾਂ ਅਸੀਂ ਦੁਨੀਆ ਦੇ ਉੱਤੇ ਜਮ੍ਹਾਂ, ਅੱਲਾਹ ਕੱਲ੍ਹ ਕਿਆਮਤ ਵਾਲੇ ਦਿਨ ਸਾਨੂੰ ਜੰਨਤ ਦੇ ਅੰਦਰ ਵੀ ਇਸੇ ਤਰ੍ਹਾਂ ਜਮ੍ਹਾਂ ਫਰਮਾਏ। ਔਰ ਅੱਲਾਹ ਰੱਬੁਲ ਆਲਮੀਨ ਸਾਡਾ ਅੱਜ ਦਾ ਖੁਤਬਾ ਜੁਮਾਤੁਲ ਮੁਬਾਰਕ ਕਬੂਲ ਫਰਮਾ ਕੇ ਅੱਲਾਹ ਸਾਡੇ ਇਸੇ ਅਮਲ ਨੂੰ ਸਾਡੇ ਵਾਸਤੇ ਨਜ਼ਰੀਆ ਨਜਾਤ ਬਣਾਏ। ਤਵੱਜੋ ਦੇ ਨਾਲ ਬਾਅਦ ਨੂੰ ਸੁਣਨਾ। ਰਬੀਉਲ ਅਵਲ ਦਾ ਮਹੀਨਾ ਜਾਰੀ ਉਸਾਰੀ ਹੈ, ਬੜੀ ਇੱਜ਼ਤ ਵਾਲਾ, ਅਜ਼ਮਤ ਵਾਲਾ, ਸ਼ਾਨ ਵਾਲਾ ਮਹੀਨਾ ਹੈ। ਇਹ ਉਹ ਮਹੀਨਾ ਹੈ ਜਿਹਨੇ ਸਾਨੂੰ ਇੱਕ ਐਸੀ ਹਸਤੀ ਅਦਾ ਕੀਤੀ ਕਿ ਜਿਹਦੀ ਵਜ੍ਹਾ ਕਰਕੇ ਅਸੀਂ ਅਮਨ ਦੀ ਜ਼ਿੰਦਗੀ ਤੈਅ ਕਰ ਰਹੇ ਹਾਂ, ਜਿਹਦੀ ਵਜ੍ਹਾ ਕਰਕੇ ਅਸੀਂ ਆਪਣੇ ਮਾਂ ਬਾਪ ਨਾਲ ਪਿਆਰ ਕਰਨੇ ਹਾਂ, ਛੋਟਿਆਂ ਨਾਲ ਸ਼ਫਕਤ ਕਰਨੀ ਆ, ਵੱਡਿਆਂ ਦਾ ਇਹਤਰਾਮ ਕਰਨੇ ਆ, ਜਿਹਦੀ ਵਜ੍ਹਾ ਕਰਕੇ ਅਸੀਂ ਜੰਨਤੁਲ ਫਿਰਦੌਸ ਦੇ ਅੰਦਰ ਜਾਣਾ ਇਨਸ਼ਾਅੱਲਾ, ਜਿਹਦੇ ਅਤੇ ਅੱਲਾਹ ਇੰਨਾ ਰਾਜ਼ੀ ਏ ਕਿ ਅੱਲਾਹ ਫਰਮਾਉਂਦੇ ਨੇ ਹੋ ਸਕਦਾ ਹੈ ਮੇਰਾ ਉਮਤੀ ਸੱਚੇ ਦਿਲ ਦੇ ਨਾਲ ਉਸ ਮੁਹੰਮਦ ਦਾ ਨਾਂ ਲਏ ਸੱਲੱਲਾਹੁ ਅਲੈਹਿ ਵਸੱਲਮ, ਔਰ ਅੱਲਾਹ ਨਾਂ ਲੈਣ ਦੀ ਵਜ੍ਹਾ ਤੋਂ ਇਸ ਬੰਦੇ ਦੇ ਸਾਰੇ ਗੁਨਾਹਾਂ ਨੂੰ ਮਾਫ਼ ਕਰ ਦੇਣੇ। ਇਸ ਮਹੀਨੇ ਨੇ ਸਾਨੂੰ ਉਹ ਸੋਹਣੇ ਨਬੀ ਪਾਕ ਅਤਾ ਕੀਤੇ ਨੇ। ਹਜ਼ਰਾਤ, ਹਰ ਇਨਸਾਨ ਦੇ ਅੰਦਰ ਅੱਲਾਹ ਰੱਬੁਲ ਆਲਮੀਨ ਨੇ ਦੋ ਕਿਸਮ ਦੀਆਂ ਚੀਜ਼ਾਂ ਰੱਖੀਆਂ ਹੁੰਦੀਆਂ, ਇੱਕ ਸੀਰਤ ਔਰ ਇੱਕ ਸੂਰਤ। ਸੂਰਤ ਦਾ ਬੜਾ ਸੋਹਣਾ ਹੈ, ਸੀਰਤ ਦਾ ਬੜਾ ਸੋਹਣਾ ਹੈ। ਕੰਮ ਐਸੇ ਲੋਕ ਨੇ ਜਿਹੜੇ ਸੀਰਤ ਦੇ ਵੀ ਸੋਹਣੇ ਨੇ, ਸੂਰਤ ਦੇ ਵੀ ਸੋਹਣੇ, ਨਹੀਂ ਤਾਂ ਜ਼ਿਆਦਾਤਰ ਲੋਕ ਸੂਰਤ ਦੇ ਬੜੇ ਸੋਹਣੇ ਨੇ ਲੇਕਿਨ ਸੀਰਤ ਦੇ ਸੋਹਣੇ ਨਹੀਂ। ਜਿਹੜੀ ਸੀਰਤ ਏ ਇਹ ਸੂਰਤ ਉੱਤੇ ਗਾਲਬ ਏ, ਲੇਕਿਨ ਜਿਹੜੀ ਸੂਰਤ ਏ ਉਹ ਸੀਰਤ ਉੱਤੇ ਗਾਲਬ ਨਹੀਂ ਆ ਸਕਦੀ। ਇਨਸਾਨ ਦਾ ਰੰਗ ਕਾਲਾ ਹੋਏ ਲੇਕਿਨ ਜ਼ੁਬਾਨ ਚੰਗੀ ਹੋਏ, ਲੋਕ ਉਹਨੂੰ ਯਾਦ ਰੱਖਦੇ ਨੇ, ਲੋਕ ਭੁੱਲਦੇ ਨਹੀਂ। ਕਿਉਂ? ਇਹਦੀ ਸੀਰਤ ਬੜੀ ਚੰਗੀ ਹੈ, ਇਹਦਾ ਅਖਲਾਕ ਬੜਾ ਚੰਗਾ ਹੈ। ਔਰ ਅਗਰ ਰੰਗ ਦਾ ਚਿੱਟਾ ਹੋਏ, ਬੜਾ ਸੋਹਣਾ ਹੋਏ, ਲੇਕਿਨ ਸੀਰਤ ਚੰਗੀ ਨਾ ਹੋਏ, ਕਿਰਦਾਰ ਚੰਗਾ ਨਾ ਹੋਏ, ਜ਼ੁਬਾਨ ਚੰਗੀ ਨਾ ਹੋਏ, ਅੱਲਾਹ ਉਸ ਬੰਦੇ ਦੀ ਮੁਹੱਬਤ ਲੋਕਾਂ ਦੇ ਦਿਲਾਂ 'ਚੋਂ ਕੱਢ ਦਿੰਦਾ, ਫਿਰ ਉਹਨੂੰ ਕੋਈ ਯਾਦ ਨਹੀਂ ਕਰਦਾ। ਨਾਲੇ ਕਿਆਮਤ ਵਾਲੇ ਦਿਨ ਸੂਰਤ ਦਾ ਸਵਾਲ ਨਹੀਂ ਹੋਣਾ, ਸੀਰਤ ਦਾ ਸਵਾਲ ਹੋਣਾ। ਆਪਣਾ ਅਖਲਾਕ ਕਿੰਝ ਦਾ ਬਣਾ ਕੇ ਆਏ ਹੋ, ਆਪਣੀ ਸੀਰਤ ਕਿੰਝ ਦੀ ਗੁਜ਼ਾਰ ਕੇ ਆਏ ਹੋ। ਦੁਨੀਆ ਅੰਦਰ ਵਾਹ ਸ਼ਖਸੀਅਤ ਤੁਹਾਡੇ ਮੇਰੇ ਪੀਰੋ ਮੁਰਸ਼ਦ ਜਨਾਬ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੀ ਵਾਹ ਸ਼ਖਸੀਅਤ ਏ, ਜਿਨ੍ਹਾਂ ਨੂੰ ਅੱਲਾਹ ਰੱਬੁਲ ਆਲਮੀਨ ਨੇ ਸੀਰਤ ਵੀ ਸਭ ਨਾਲੋਂ ਬਿਹਤਰੀਨ ਅਦਾ ਕੀਤੀ ਔਰ ਸੂਰਤ ਵੀ ਸਭ ਨਾਲੋਂ ਬਿਹਤਰੀਨ ਅਦਾ ਕੀਤੀ। ਉਹਨਾਂ ਵਰਗਾ ਕਾਇਨਾਤ ਦੇ ਅੰਦਰ ਸਾਡਾ ਈਮਾਨ ਏ, ਨਾ ਸੀਰਤ ਵਰਗਾ ਕੋਈ ਆਇਆ ਹੈ, ਨਾ ਹੀ ਉਹਨਾਂ ਦੀ ਸੂਰਤ ਵਰਗਾ ਕੋਈ ਆਇਆ ਹੈ। ਆਈਏ ਜ਼ਰਾ ਗੌਰ ਕੀਜੀਏ, ਅੱਜ ਇਨਸ਼ਾਅੱਲਾਹੁ ਅਜ਼ੀਜ਼ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਅਖਲਾਕ ਦੇ ਹਵਾਲੇ ਦੇ ਨਾਲ ਚੰਦ ਗੁਜ਼ਾਰਿਸ਼ਾਂ ਕਰਕੇ ਮੈਂ ਆਪਣੀ ਬਾਤ ਨੂੰ ਖਤਮ ਕਰ ਦਿਆਂ, ਔਰ ਤਮਹੀਦ ਦੇ ਅੰਦਰ ਇਸ ਬਾਤ ਨੂੰ ਯਾਦ ਰੱਖਣਾ ਪੂਰੇ ਜੁਮੇ 'ਚ ਕੰਮ ਆਏਗੀ। ਅੱਲਾਹ ਕੁਰਾਨ ਅੰਦਰ ਕਹਿੰਦਾ, ਲਕਦ ਕਾਨ ਲਕੁਮ ਫੀ ਰਸੂਲਿਲਾਹੀ ਉਸਵਤੁਨ ਹਸਨਾ। ਜੁਮੇ ਦਾ ਮਤਲਬ ਸ਼ੇਰੋ ਸ਼ਾਇਰੀ ਸੁਣ ਕੇ ਚਲਾ ਜਾਣਾ ਨਹੀਂ, ਇਸ ਐਤ ਨੂੰ ਆਪਣੇ ਜ਼ਿਹਨ ਅੰਦਰ ਰੱਖਣਾ।
ਅੱਲਾਹ ਕੁਰਾਨ ਅੰਦਰ ਕਹਿੰਦੇ ਨੇ ਅਸੀਂ ਤੁਹਾਡੇ ਨਬੀ ਦੀ ਸੀਰਤ ਨੂੰ ਤੁਹਾਡੇ ਵਾਸਤੇ ਬਿਹਤਰੀਨ ਨਮੂਨਾ ਬਣਾਇਆ, ਯਾਨੀ ਤੁਸੀਂ ਜ਼ਿੰਦਗੀ ਇੰਝ ਗੁਜ਼ਾਰਨੀ ਹੈ ਜਿਵੇਂ ਮੁਹੰਮਦ ਰਸੂਲੁੱਲਾਹ ਸਲਮ ਗੁਜ਼ਾਰ ਕੇ ਗਏ। ਅੱਜ ਜੋ ਚੀਜ਼ਾਂ ਮੈਂ ਤੁਹਾਡੇ ਸਾਹਮਣੇ ਬਿਆਨ ਕਰਾਂਗਾ, ਤੁਸੀਂ ਵੀ ਅਤੇ ਮੈਂ ਵੀ, ਅਸੀਂ ਕੋਸ਼ਿਸ਼ ਕਰਨਾ ਹੈ ਅਸੀਂ ਉਹਨਾਂ ਚੀਜ਼ਾਂ 'ਤੇ ਅਮਲ ਕਰੀਏ। ਅਮਲ 'ਚ ਜ਼ਿੰਦਗੀ ਬਣਦੀ ਹੈ, ਜੰਨਤ ਵੀ ਜਹੰਨਮ ਵੀ, ਇਹ ਖਾਕੀ ਆਪਣੀ ਫਿਤਰਤ ਸੇ, ਨਾ ਨੂਰੀ ਹੈ ਨਾ ਨਾਰੀ ਹੈ, ਅਮਲ ਕਰੋਗੇ ਜ਼ਿੰਦਗੀ ਬਣ ਜਾਏ। ਤੋ ਆਈਏ ਜ਼ਰਾ ਗੌਰ ਕੀਜੀਏ, ਹਜ਼ਰਤ ਮੁਹੰਮਦ ਰਸੂਲੁੱਲਾਹ, ਅੱਲਾ ਅੱਲਾ ਮੈਂ ਕੁਰਬਾਨ ਜਾਵਾਂ, ਹਜ਼ਰਤ ਦੀ ਵਕਾਰ ਜ਼ਰਾ ਗੌਰ ਕਰੋ, ਹਜ਼ਰਤ ਰਸੂਲੁੱਲਾਹ ਸੱਲੱਲਾਹੁ ਅਲੈਹੀ ਵਾਲੀ ਵਸੱਲਮ ਦਾ ਕਲਮਾ ਪੜ੍ਹਨੇ ਵਾਲੋ, ਮੇਰੇ ਨਬੀ ਪਾਕ ਨਾਲ ਪਿਆਰ ਕਰਨੇ ਵਾਲੋ, ਰੱਬੇ ਕਾਇਨਾਤ ਨੇ ਤੇਰਾ ਤੇ ਮੇਰਾ ਹੀਰੋ ਬਣਾਇਆ, ਤੇਰਾ ਤੇ ਮੇਰਾ ਆਈਡੀਅਲ ਬਣਾਇਆ, ਰੱਬੇ ਕਾਇਨਾਤ ਨੇ ਆਮਿਨਾ ਦਿਲਾਲ ਹਜ਼ਰਤ ਮੁਹੰਮਦ ਰਸੂਲੁੱਲਾਹ ਸੱਲੱਲਾਹੁ ਅਲੈਹੀ ਵਸੱਲਮ ਨੂੰ ਅੱਲਾ ਪਾਕ ਨੇ ਕੁਰਾਨੇ ਕਰੀਮ ਅੰਦਰ ਇੱਕ ਜਗ੍ਹਾ 'ਤੇ ਨਹੀਂ, ਦੋ ਜਗ੍ਹਾ 'ਤੇ ਨਹੀਂ, ਸਾਰਾ ਦਾ ਸਾਰਾ ਕੁਰਾਨ ਮੇਰੇ ਨਬੀ ਦੀ ਸ਼ਾਨ ਅੰਦਰ ਉਤਾਰੇ ਆਏ। ਸਹੀ ਉਲ ਬੁਖਾਰੀ ਦੀ ਰਵਾਇਤ ਏ, ਅੰਮਾ ਜੀ ਆਇਸ਼ਾ ਸਦੀਕਾ, ਤਾਹਿਰਾ ਮੁਤਾਹਿਰਾ, ਆਬਿਦਾ ਜ਼ਾਹਿਦਾ, ਇੱਕ ਬੰਦਾ ਆ ਗਿਆ, ਆ ਕੇ ਕਹਿੰਦਾ ਏ ਨੀ ਅੰਮਾ ਨਬੀ ਪਾਕ ਦਾ ਅਖਲਾਕ ਕੀ ਏ, ਨਬੀ ਪਾਕ ਦੀ ਸ਼ਾਨ ਕੀ ਏ, ਨਬੀ ਪਾਕ ਦਾ ਉਸਵਾ ਕੀ ਏ। ਅੰਮਾ ਜੀ ਫਰਮਾਉਂਦੀਆਂ ਨੇ ਕਾਨਾ ਗੁਲੂ ਗੁਲ ਕੁਰਾਨ, ਕਿਆ ਤੂੰ ਕੁਰਾਨ ਦੀ ਤਿਲਾਵਤ ਨਹੀਂ ਕਰਦਾ, ਕਿਆ ਤੂੰ ਕੁਰਾਨ ਨਹੀਂ ਪੜ੍ਹਦਾ। ਅੰਮਾ ਜੀ ਕੁਰਾਨ ਪੜ੍ਹਨਾ ਵਾ, ਕੁਰਾਨ ਦੀ ਤਿਲਾਵਤ ਕਰਨਾ ਵਾ। ਅੰਮਾ ਜੀ ਫਰਮਾਉਂਦੀਆਂ ਨੇ ਸਾਰਾ ਦਾ ਸਾਰਾ ਕੁਰਾਨ ਮੇਰੇ ਨਬੀ ਦੀ ਸ਼ਾਨ ਬਿਆਨ ਕਰਦਾ ਏ। ਦੂਸਰੇ ਲਫ਼ਜ਼ਾਂ ਦੇ ਅੰਦਰ ਮੈਂ ਕਹਿਣਾ ਚਾਹੁੰਦਾ ਵਾਂ, ਇਹ ਕੁਰਾਨ ਹੈ ਜਿਹੜਾ ਸਾਡੇ ਕੋਲ ਕਿਤਾਬੀ ਸ਼ਕਲ ਅੰਦਰ ਮੌਜੂਦ ਏ। ਅਗਰ ਕਿਸੇ ਨੇ ਤਸਵੀਰੀ ਸ਼ਕਲ ਅੰਦਰ ਅੱਲਾ ਦਾ ਕਲਾਮ ਵੇਖਣਾ ਹੋਵੇ, ਰੱਬ ਦਾ ਫਰਮਾਨ ਵੇਖਣਾ ਹੋਵੇ, ਉਹ ਮੇਰੇ ਨਬੀ ਨੂੰ ਮਦੀਨੇ ਦੀਆਂ ਗਲੀਆਂ ਦੇ ਅੰਦਰ, ਮੱਕੇ ਦੀਆਂ ਗਲੀਆਂ ਦੇ ਅੰਦਰ ਬੰਦਾ ਚੱਲਦਾ ਫਿਰਦਾ ਵੇਖ ਲਵੇ। ਅੰਮਾ ਜੀ ਫਰਮਾਉਂਦੀਆਂ ਨੇ ਸਾਰਾ ਦਾ ਸਾਰਾ ਕੁਰਾਨ ਏ, ਅਲਿਫ ਲਾਮ ਮੀਮ ਤੋਂ ਲੈ ਕੇ ਬੰਨਾਸ ਦੀ ਸੀਨ ਤੱਕ ਸਾਰਾ ਦਾ ਸਾਰਾ ਕੁਰਾਨ ਏ ਮੇਰੇ ਨਬੀ ਦੀ ਸ਼ਾਨ ਬਿਆਨ ਕਰਦਾ ਏ, ਮੇਰੇ ਨਬੀ ਦਾ ਅਖਲਾਕ ਬਿਆਨ ਕਰਦਾ ਏ। ਅੱਲਾ ਅੱਲਾ ਮੈਂ ਕੁਰਬਾਨ ਜਾਵਾਂ, ਅੱਲਾ ਰੱਬੁਲ ਆਲਮੀਨ ਦਾ ਕੁਰਾਨ ਏ। ਸੂਰਤੁਲ ਕਲਮ ਅੱਲਾ ਕੀ ਫਰਮਾ ਰਹੇ ਨੇ, ਅੱਲਾ ਫਰਮਾਉਂਦੇ ਨੇ ਨੂਨ ਵਲ ਕਲਮ ਵਮਾ ਯਸਤੁਰੂਨ ਮਾ ਅੰਤ ਬਿਨਿਮਤ ਰੱਬਿਕਾ ਬਿਮਜਨੂਨ। ਅੱਲਾ ਫਰਮਾਉਂਦੇ ਨੇ ਲੋਗੋ ਮੈਨੂੰ ਸਾਈ ਵਾਲੀ ਦੁਆ ਦੀ ਕਸਮ ਏ, ਮੈਨੂੰ ਕਲਮ ਦੀ ਕਸਮ ਏ, ਅੱਲਾ ਸੋਹਣਿਆ ਤੂੰ ਕਸਮਾਂ ਨਾ ਵੀ ਚੁੱਕਦਾ ਸਾਨੂੰ ਫਿਰ ਵੀ ਯਕੀਨ ਸੀ। ਅੱਲਾ ਫਰਮਾਉਂਦੇ ਨੇ ਮੈਂ ਗੱਲ ਕੀਤੀ ਕਰਨ ਲੱਗਾ ਵਾ, ਅੱਲਾ ਨੇ ਕਸਮਾਂ ਚੁੱਕ ਚੁੱਕ ਕੇ ਕੇ ਆਏ। ਅੱਲਾ ਫਰਮਾਉਂਦੇ ਨੇ ਵਾ ਇੰਨਾ ਕਲਾਲਾ ਵਾ ਇੰਨਾ ਕਲਾਲਾ ਖੋਲੋ ਕੇ ਨ ਅਜ਼ੀਮ ਮੁਸਲਮਾਨੋ।
ਮੈਂ ਆਪਣੇ ਸੋਹਣੇ ਨਬੀ ਪਾਕ ਨੂੰ ਖੁੱਲ ਕੇ ਅਜ਼ੀਮ ਦਾ ਮਾਲਿਕ ਬਣਾਇਆ ਹੈ, ਪਰ ਆਲਾ ਅਖਲਾਕ ਅਤਾ ਕਰਕੇ ਭੇਜਿਆ ਹੈ। ਅੱਲਾ ਤੂੰ ਕਿੰਨਾ ਕੋ ਖੁਲਕ ਅਤਾ ਕਰਕੇ ਭੇਜਿਆ ਹੈ। ਸਹੀ ਉਲ ਬੁਖਾਰੀ ਦੀ ਰਵਾਇਤ ਹੈ, ਅੰਮਾ ਜੀ ਆਇਸ਼ਾ ਸਦੀਕਾ ਰਜ਼ੀ ਅੱਲਾਹ ਤਾਲਾ ਨੂੰ ਬਿਆਨ ਕਰਦੀਆਂ ਨੇ, ਫਰਮਾਉਂਦੀਆਂ ਨੇ ਅੱਲਾ ਦੇ ਰਸੂਲ ਦੀਆਂ 11 ਬੀਵੀਆਂ ਸੀ। ਅੱਲਾ ਦੇ ਨਬੀ ਨੇ ਆਪਣੀ ਪੂਰੀ ਜ਼ਿੰਦਗੀ ਦੇ ਅੰਦਰ ਕਿਸੇ ਬੀਵੀ ਨੂੰ ਵੀ ਬੁਰਾ ਭਲਾ ਨਹੀਂ ਗਿਆ ਹੈ, ਆਪਣੀ ਕਿਸੇ ਬੀਵੀ ਨੂੰ ਵੀ ਅੱਲਾ ਦੇ ਰਸੂਲ ਨੇ ਬੁਰਾ ਭਲਾ ਨਹੀਂ ਗਿਆ। ਮੁਸਲਮਾਨਾ, ਮੇਰੇ ਨਬੀ ਫਰਮਾਇਆ ਕਰਦੇ ਤੁਹਾਡੇ ਚੋਂ ਬਿਹਤਰ ਹੋਵੇ ਖੈਰੁ ਕੁਮਲੀ ਅਗਲੀ, ਜਿਹੜਾ ਆਪਣੇ ਘਰ ਵਾਲਿਆਂ ਵਾਸਤੇ ਬਿਹਤਰ ਹੈ। ਬਾਹਰ ਬੜਾ ਹਾਜੀ ਸਾਹਿਬ ਬਣਿਆ ਫਿਰਦਾ ਏ, ਲੋਕਾਂ 'ਚ ਬਹਿੰਦਾ ਏ, ਬੜੀਆਂ ਸੋਹਣੀਆਂ ਗੱਲਾਂ ਕਰਦਾ ਏ, ਚਿੰਜ ਘਰ ਦਾਖਲ ਹੁੰਦਾ ਏ, ਪਤਾ ਨਹੀਂ ਇਹਨੂੰ ਕੀ ਹੋ ਜਾਂਦਾ ਏ, ਗੰਦੀਆਂ ਗਾਲਾਂ ਬੇਗਮ ਨੂੰ ਕੱਢਦਾ ਏ, ਗੰਦੀਆਂ ਗਾਲਾਂ ਆਪਣੀ ਮਾਂ ਨੂੰ ਕੱਢਦਾ ਏ, ਘਰ ਦੇ ਅੰਦਰ ਚਤਰ ਜ਼ੁਬਾਨੀ ਨਾਲ ਬੋਲਦਾ ਏ। ਓਏ ਮੁਸਲਮਾਨਾ, ਲੋਕਾਂ ਦੇ ਹਾਂ ਜਨਾਬ ਬਿਹਤਰ ਨਾ ਬਣੋ, ਬਿਹਤਰ ਬਣਨਾ ਜੇ ਆਪਣੇ ਰੱਬੁਲ ਆਲਮੀਨ ਦੇ ਹਾਂ ਬਿਹਤਰ ਬਣ ਜਾਓ। ਅੱਲਾ ਦੇ ਹਾਂ ਬਿਹਤਰ ਉਹ ਬੰਦਾ ਵੇ ਜਿਹੜਾ ਆਪਣੇ ਰੱਬ ਦੇ ਆਖੇ ਲੱਗ ਗਏ, ਆਪਣੇ ਅਖਲਾਕ ਨੂੰ ਸਿੱਧਾ ਕਰ ਲੈਂਦਾ ਏ। ਐ ਵੇਖੋ ਕਿੰਜ ਅਖਲਾਕ ਮੇਰੇ ਨਬੀ ਪਾਕ ਦਾ, ਜਦੋਂ ਮੇਰੇ ਨਬੀ ਪਾਕ ਨੇ, ਜਦੋਂ ਤੇਰਾ ਅਖਲਾਕ ਅੱਛਾ ਹੋਏਗਾ ਨਾ, ਅੱਲਾ ਤੇਰਾ ਖੁਦ ਦਿਫਾ ਕਰੇਗਾ। ਅੱਲਾ ਨੇ ਕੁਰਾਨ ਦੇ ਅੰਦਰ ਕਿਹਾ ਵੇ, ਅੱਲਾ ਦੇ ਨਬੀ ਨੇ ਜਦੋਂ ਦਾਵਤ ਦਾ ਐਲਾਨ ਕੀਤਾ, ਅੱਲਾ ਦੇ ਨਬੀ ਨੇ ਫਰਮਾਇਆ, ਲੋਕੋ ਕੂਲੂ ਲਾ ਇਲਾਹਾ ਇਲਲਲਾਹ, ਲੋਗੋ ਪੜ ਲੋ ਲਾ ਇਲਾਹਾ ਇਲਲਲਾਹ। ਅੱਲਾ ਤੋਂ ਇਲਾਵਾ ਕੋਈ ਬਿਗੜੀਆਂ ਬਣਾਉਣ ਵਾਲਾ ਕੋਈ ਨਹੀਂ, ਅੱਲਾ ਤੋਂ ਇਲਾਵਾ ਕੋਈ ਦੁਬੀਆਂ ਤਾਰਨ ਵਾਲਾ ਕੋਈ ਨਹੀਂ, ਇੱਕੋ ਅੱਲਾ ਹੀ ਮੁਸ਼ਕਲ ਖੁਸ਼ਾਏ। ਅੱਲਾ ਤੋਂ ਇਲਾਵਾ ਕੋਈ ਦਾਤਾ ਨਹੀਂ ਜੇ ਹੋ ਸਕਦਾ, ਅੱਲਾ ਤੋਂ ਇਲਾਵਾ ਕੋਈ ਦੇਣ ਵਾਲਾ ਨਹੀਂ ਜੇ ਹੋ ਸਕਦਾ। ਮੇਰੇ ਨਬੀ ਨੇ ਪਹਿਲੀ ਦਾਵਤ ਹੀ ਇਹ ਦਿੱਤੀ ਏ, ਲੋਗੋ ਅੱਲਾ ਸਿਰਫ ਇੱਕ ਜੇ, ਅੱਲਾ ਤੋਂ ਇਲਾਵਾ ਕੋਈ ਨਹੀਂ ਜੇ, ਅੱਲਾ ਅੱਲਾ ਮੈਂ ਕੁਰਬਾਨ ਜਾਵਾਂ। ਮੇਰੇ ਨਬੀ ਨੇ ਜਦੋਂ ਦਾਵਤ ਦਿੱਤੀ ਨਾ, ਇਹ ਜਿਹੜਾ ਅਬੂ ਲਾਹਬ ਨਾ, ਇਹ ਦਾਵਤ ਦੇ ਮੁਕਾਬਲੇ 'ਚ ਖੜਾ ਹੋ ਗਿਆ ਤੇ ਖੜਾ ਹੋ ਕੇ ਕਹਿੰਦਾ, ਸੋਹਣਿਆ ਮਾਜ਼ ਅੱਲਾ, ਸਾਨੂੰ ਇਸ ਵਾਸਤੇ ਜਮ੍ਹਾਂ ਕੀਤਾ ਈ, ਅਸੀਂ ਆਪਣੇ ਹਜ਼ਾਰ ਬੁੱਤ ਛੱਡ ਗਏ, ਆਪਣੇ ਹਜ਼ਾਰ ਖੁਦਾ ਛੱਡ ਗਏ, ਅਸੀਂ ਤੇਰੇ ਇੱਕ ਖੁਦਾ ਦੇ ਆਖੇ ਲੱਗ ਜਾਈਏ, ਅਸੀਂ ਤੇਰੇ ਇੱਕ ਰੱਬ ਦੀ ਗੱਲ ਮੰਨ ਲਈਏ, ਸਾਨੂੰ ਇਸ ਵਾਸਤੇ ਜਮ੍ਹਾਂ ਕੀਤਾ ਈ, ਇਹਨੇ ਜ਼ੁਬਾਨ ਚਲਾਈਏ। ਮੇਰੇ ਨਬੀ ਨੇ ਇਹ ਨਹੀਂ ਕਿਹਾ, ਮੈਂ ਵੀ ਤੇ ਰੱਬ ਦੀ ਜਾਵਾਂ, ਮੇਰਾ ਵੀ ਤੇ ਬੜਾ ਮੁਕਾਮ ਏ, ਮੈਂ ਤੇ ਅੱਲਾ ਦਾ ਨਬੀ ਵਾਂ। ਅੱਲਾ ਦੇ ਨਬੀ ਨੇ ਸਬਰ ਦਾ ਮੁਜ਼ਾਹਰਾ ਕੀਤਾ ਏ, ਅੱਲਾ ਦੇ ਨਬੀ ਨੇ ਅਖਲਾਕ ਦਾ ਮੁਜ਼ਾਹਰਾ ਕੀਤਾ ਏ। ਮੇਰੇ ਰੱਬ ਫਰਮਾਉਂਦੇ ਨੇ, ਸੋਹਣਿਆ ਤੂੰ ਅਖਲਾਕ ਵਿਖਾਇਆ ਈ, ਆਪਣੀ ਜ਼ੁਬਾਨ ਨੂੰ ਖਮੋਸ਼ ਕੀਤਾ ਈ, ਮੈਂ ਰੱਬ ਤੇਰਾ ਜਵਾਬ ਦਿਆਂਗਾ। ਅੱਲਾ ਫਰਮਾਉਂਦੇ ਨੇ, ਤਬਤ ਅਦਾ ਵੀ ਲਗ ਵੀ ਮੁਅਤਬ ਮਾ ਅਗਨਾਨ ਗੋ ਮਾਲੂ ਗੋਆ ਮਾਂ ਕਾ ਸਭ। ਅੱਲਾ ਫਰਮਾਉਂਦੇ ਨੇ, ਅਬੁਲਾਬਾ ਮੇਰੇ ਨਬੀ ਦੇ ਜ਼ੁਬਾਨ ਚਲਾਈ, ਮੇਰੇ ਨਬੀ ਦੇ ਸਾਹਮਣੇ ਬਦਮਾਸ਼ੀ ਕੀਤੀ, ਮੇਰੇ ਨਬੀ ਦੀ ਦਾਵਤ ਨੂੰ ਰੋਕਣ ਵਾਲਾ ਤੂੰ ਕੌਣ ਨਏ, ਜਾਂ ਅੱਲਾ ਤੇਰੇ ਦਿਮਾਗਾਂ ਨੂੰ ਛਲ ਕਰ ਦੇਗਾ। ਜਦੋਂ ਬੰਦਾ ਅਖਲਾਕ ਦਾ ਮੁਜ਼ਾਹਰਾ ਕਰਦਾ ਹੈ ਨਾ, ਅੱਲਾ ਰੱਬੁਲ ਆਲਮ
العالمین جڑے نے نا او بندے تے راضی ہو جاندے نے, اللہ خود دین دا جواب دیندے نے. ان دی ایک ہور روایت وی ملدی ہے, حضرت ابوبکر صدیق رضی اللہ تعالی عنہ, ایک بندہ ابوبکر نو گالاں پیا کڈدا ہے, حضرت ابوبکر دا جواب نہیں دے رہے, اللہ دے نبی آ کے وی کول کھڑے ہو جاندے نے, اے بندہ مسلسل گالاں کڈی جا رہا ہے. حضرت ابوبکر صدیق موش ہو کے کھلے نے, انہیں جدوں نبی پاک نو گال کڈی نا, ابوبکر نے اگوں بولنا شروع کر دیتا. ابوبکر فرماندے نے میرے تک تے صحیح ہے لیکن میرے یار نو گال نہیں کڈنی, میرے نبی ابوبکر دے غصے ہو گئے نے, اللہ دے نبی اگے چلے گئے نے. حضرت ابوبکر وچ دوڑ لاندے نے, فرماندے نے فدا کا امی وا بھی, میرے سونے میرے ماں باپ تواڈے تو قربان ہو جاون. اللہ دے رسول جی ابوبکر دے غصہ کیوں آ رہا ہے؟ اللہ دے نبی فرماندے نے ابوبکر جب تک اس بندے دا تو جواب نہیں دیتا, فرشتے تیرا دفاع کر رہے سی, فرشتے تیری ڈھال بنی ہوئی سی, تو اخلاق دا مظاہرہ کیتا ہے نا, رب العالمین دے فرشتے سامنے کھڑے سی, جدوں تو ان دا جواب دے دیتا ہے اللہ دے فرشتے چلے گئے نے. جدوں رب دے فرشتے چلے جاون پھر محمد رسول اللہ صلی اللہ علیہ وسلم ہی چلے جاندے نے. اے مسلمانوں لقد کان لکم فی رسول اللہ اسوہ حسنا, ساڈے نبی دی سیرت ساڈے واسطے بہترین نمونہ ہے, اسی اخلاق انج دا بنانا ہے جویں نبی نے اپنے یار ابوبکر دی تربیت کیتی ہے. اللہ اللہ میں قربان جاواں, ایک ہور صحیح البخاری دی روایت سننا ہے. حضرت انس رضی اللہ تعالی عنہ, اے میرے نبی دے کول 10 سال کام کردا رہیا ہے, نبی دا چھوٹا جیا غلام میری امی لے کے آئی, سنیو اے میرا چھوٹا جیا بچہ تہاڈی خدمت اندر دینا چاہنی آ. اللہ دے نبی نے حضرت انس نو اپنے نال رکھ لیا ہے. حضرت انس فرماندے نے میں 10 سال نبی پاک نال گزارے, 10 سالاں دے اندر میرے نبی نے ایک مرتبہ بھی مینوں جھڑکیا نہیں ہے, میرے نبی نے ایک واری بھی مینوں برا بھلا نہیں گیا, بلکہ حدیث اندر آندا ہے میرے نبی کھانا کھایا کر دے اپنے غلام نال بیٹھ کے کھانا کھایا کر دے. فرماندے نے 10 سال جدوں میرے نبی اگر کھانا آندا ہے میرا نبی آواز مار کے کہندا ہے انس او میرے غلاما آ جا محمد نال بیٹھ کے کھانا کھا لے. اسی اس نبی دا کلمہ پڑھیا ہے, اج تھوڑے گھرے کوئی کام کردا ہوے تسی ویکھ لو اے فیس بک بری پئی ہے, ادھر جناب چودھری کھانا کھا رہے نے, بچی نو نال لے کے آئے نے, اونوں باہر چڈ آئے نے, ایک توتے دی وجہ تو راول پنڈی دے اندر ایک توتے دی وجہ تو ایک بچی نو قتل کر دیتا گیا, گھر کام کرن والی بچی نو انہیں توتا اڑا دیتا ہے. اسی اس نبی دا کلمہ پڑھیا ہے کنے 10 سال انس دے نال پیار کیتا ہے. اللہ دے نبی دا صحابی انس بیان کردا ہے, ایک دن اللہ دے نبی نے مینوں کہا انس جا آ فلاں چیز لے کے آ تے جلدی واپس مڑ آئی, انس لیٹ نہ کری. حضرت انس فرماندے نے میں نکا جیا بچا ہاں, مینوں یاد ہی بھول گیا
ਗਿਆ ਏ, ਮੈਂ ਜਾ ਕੇ ਬੱਚਿਆਂ ਨਾਲ ਖੇਲਣ ਲੱਗ ਪਿਆ। ਅੱਲਾ ਦੇ ਨਬੀ ਨੂੰ ਲੱਗਿਆ ਅਨਸ ਖਰੇ ਕਿਤੇ ਰਹਿ ਗਿਆ ਏ, ਅੱਲਾ ਦੇ ਨਬੀ ਪਿੱਛੇ ਪਿੱਛੇ ਚਲੇ ਜਾਂਦੇ ਨੇ। ਵੇਖਿਆ ਤੇ ਅਨਸ ਖੇਲਦਾ ਪਿਆ ਏ, ਖੇਲਦਾ ਪਿਆ ਏ। ਅੱਲਾ ਦੇ ਨਬੀ ਨੇ ਜਾ ਕੇ ਅਨਸ ਦੀ ਇਸ ਤਰ੍ਹਾਂ ਗਰਦਨ ਤੋਂ ਪਕੜਿਆ ਤੇ ਅੱਲਾ ਦੇ ਨਬੀ ਪਿਆਰ ਨਾਲ ਕਹਿੰਦੇ ਨੇ, ਇਹਦੇ ਕੰਨ ਥੋੜੇ ਥੋੜੇ ਲੰਬੇ ਨੇ, ਅੱਲਾ ਦੇ ਨਬੀ ਫਰਮਾਉਂਦੇ ਨੇ, ਓਏ ਕੰਨਾ ਵਾਲਿਆ ਤੈਨੂੰ ਕਿੱਧਰ ਭੇਜਿਆ ਸੀ, ਤੂੰ ਕਿੱਧਰ ਚਲਾ ਗਿਆ ਏ। ਹਜ਼ਰਤ ਅਨਸ ਫਰਮਾਉਂਦੇ ਨੇ, ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਏ, ਅੱਜ ਖਰੇ ਕੀ ਹੋ ਜਾਏਗਾ। ਜਦੋਂ ਮੈਂ ਚਿਹਰਾ ਮੁਸਤਫਾ ਦਾ ਵੇਖਿਆ, ਜਦੋਂ ਮੇਰੀ ਨਜ਼ਰ ਨਬੀ ਦੇ ਚਿਹਰੇ ਤੇ ਪਈ ਏ, ਅੱਲਾ ਦੇ ਨਬੀ ਮੁਸਕਰਾ ਰਹੇ ਨੇ, ਅੱਲਾ ਦੇ ਨਬੀ ਖੁਸ਼ ਹੋ ਰਹੇ ਨੇ, ਅੱਲਾ ਦੇ ਨਬੀ ਦੇ ਚਿਹਰੇ ਤੇ ਮੁਸਕਰਾਟ ਏ। ਓਏ ਮੁਸਲਮਾਨਾ, ਅੱਲਾ ਦੇ ਨਬੀ ਨਾਲ ਪਿਆਰ ਕਰਦੇ ਹੋ ਨਾ, ਅੱਲਾ ਦੇ ਨਬੀ ਨਾਲ ਵਫਾ ਚਾਹੁੰਦੇ ਹੋ ਨਾ, ਫਿਰ ਆਪਣੀ ਜ਼ੁਬਾਨਾਂ ਵੀ ਉਂਝ ਦੀਆਂ ਬਣਾ ਲਓ ਜਿਵੇਂ ਮੁਹੰਮਦ ਰਸੂਲਲਾ ਨੇ ਬਣਾ ਕੇ ਵਿਖਾਈ ਏ, ਜਿਵੇਂ ਮੇਰੇ ਨਬੀ ਨੇ ਇਸ ਉਮਤ ਦੀ ਤਰਬੀਅਤ ਕਰਕੇ ਵਿਖਾਈ ਏ। ਸਾਰੇ ਸਾਥੀ ਅੱਗੇ ਅੱਗੇ ਆ ਜਾਓ, ਪਿੱਛੇ ਸਾਥੀ ਜਿਹੜੇ ਨੇ ਖਾਲੀ ਜਗ੍ਹਾ ਮੌਜੂਦ ਹੈ ਕਾਫੀ ਸਾਰੀ, ਕੋਸ਼ਿਸ਼ ਕਰਿਆ ਕਰੋ ਜਿਹੜੇ ਸਾਥੀ ਆਉਂਦੇ ਨੇ ਹਰ ਜੁਮੇ ਕਹਿਣਾ ਪੈਂਦਾ, ਅੱਗੇ ਅੱਗੇ ਬੈਠਿਆ ਕਰੋ, ਜਿੰਨਾ ਨੇੜੇ ਬੈਠੋਗੇ ਉਨਾ ਅੱਲਾਹ ਬਹੁਤਾ ਸਵਾਬ ਅਤਾ ਕਰੇਗਾ। ਇਹ ਅੱਗੇ ਖਾਲੀ ਜਗ੍ਹਾ ਮੌਜੂਦ ਹੈ, ਅੱਗੇ ਅੱਗੇ ਆ ਜਾਓ। ਅੱਲਾਹ ਰੱਬੁਲ ਆਲਮੀਨ ਤਮਾਮ ਦੋਸਤਾਂ ਨੂੰ ਸਿਹਤ ਵਾਲੀ ਜ਼ਿੰਦਗੀ ਅਤਾ ਫਰਮਾਏ। ਅੱਲਾ ਅੱਲਾ ਮੈਂ ਕੁਰਬਾਨ ਜਾਵਾਂ, ਮੇਰੇ ਨਬੀ ਦਾ ਅਖਲਾਕ ਇੰਨਾ ਅੱਲਾ ਵੇ ਕਿ ਮੇਰੇ ਰੱਬ ਨੇ ਕੁਰਾਨ ਨਾਜ਼ਿਲ ਕਰ ਦਿੱਤਾ, ਇੰਨਾ ਕਲਾ ਅਲਾ ਖੁਲੁਕਿਨ ਅਜ਼ੀਮ। ਅੱਲਾ ਅੱਲਾ ਮੈਂ ਕੁਰਬਾਨ ਜਾਵਾਂ, ਇਹ ਜਿਹੜੇ ਮੁਸ਼ਰਕੀਨ ਨੇ ਮੱਕਾ ਨੇ ਨਾ, ਇਹ ਮੇਰੇ ਨਬੀ ਨੂੰ ਤੰਗ ਕਰਨ ਦੇ ਰੋਜ਼ ਮਨਸੂਬੇ ਬਣਾਉਂਦੇ ਰਹਿੰਦੇ ਨੇ, ਕਦੇ ਕਿਸ ਤਰ੍ਹਾਂ ਦਾ ਮਨਸੂਬਾ, ਕਦੇ ਕਿਸ ਤਰ੍ਹਾਂ ਦਾ ਮਨਸੂਬਾ। ਇੱਕ ਜਮਾਤ ਨਾਮੀ ਬੰਦਾ ਏ, ਇਹਨੇ ਨਾ ਜੇ ਨਬੀ ਪਾਕ ਦੇ ਨਾਲ ਬਚਪਨ 'ਚ ਖੇਲਿਆ ਕਰਦਾ ਤੇ ਫਿਰ ਜਨਾਬ ਕਿਧਰੇ ਬਾਹਰ ਚਲਾ ਗਿਆ ਤੇ ਬਾਹਰ ਜਾ ਕੇ ਡਾਕਟਰ ਬਣ ਕੇ ਵਾਪਸ ਆਇਆ, ਜਦੋਂ ਡਾਕਟਰ ਬਣ ਕੇ ਵਾਪਸ ਆਇਆ ਤੇ ਨਬੀ ਪਾਕ ਨੇ ਨਬੂਤ ਦਾ ਐਲਾਨ ਕਰ ਦਿੱਤਾ ਸੀ। ਇਹਨੂੰ ਮੁਸ਼ਰਕਾਂ ਨੇ ਜਮ੍ਹਾਂ ਕੀਤਾ, ਕਹਿੰਦੇ ਜਮਾਤ ਸੁਣਿਆ ਤੂੰ ਬੜਾ ਵੱਡਾ ਡਾਕਟਰ ਬਣ ਗਿਆ, ਆ ਜਿਹੜਾ ਤੇਰਾ ਬੇਲੀ ਨਹੀਂ ਤੇਰੇ ਨਾਲ ਬਚਪਨ 'ਚ ਖੇਡਦਾ ਹੁੰਦਾ ਸੀ, ਅਖੇ ਮੁਹੰਮਦ, ਅਖੇ ਹਾਂਜੀ, ਅਖੇ ਉਹਨੂੰ ਨਾ ਪਤਾ ਨਹੀਂ ਕੀ ਹੋ ਗਿਆ, ਅਜੀਬ ਅਜੀਬ ਗੱਲਾਂ ਕਰਦਾ ਫਿਰਦਾ, ਉਹਦਾ ਜਾ ਕੇ ਇਲਾਜ ਕਰ ਰਿਹਾ। ਅੱਲਾ ਅੱਲਾ ਮੈਂ ਕੁਰਬਾਨ ਜਾਵਾਂ, ਜਮਾਤ ਕਹਿੰਦਾ ਏ ਜਦੋਂ ਮੈਨੂੰ ਪਤਾ ਚੱਲਿਆ ਨਾ, ਮੈਂ ਕਿਹਾ ਮੁਹੰਮਦ ਤੇ ਮੇਰਾ ਜਿਗਰੀ ਯਾਰ ਏ ਨਾ, ਮੈਂ ਜਾ ਕੇ ਉਹਨੂੰ ਤਰੁਸਤ ਕਰ ਆਉਣਾ ਵਾਂ। ਇਹ ਤਬੀਬ ਬਣ ਗਏ ਨਬੀ ਦੇ ਦਰਵਾਜ਼ੇ ਤੇ ਚਲਾ ਜਾਂਦਾ ਏ, ਇਹਨੇ ਜਾ ਕੇ ਦਰਵਾਜ਼ਾ ਗਟਗਟਾਇਆ, ਅੱਲਾ ਦੇ ਨਬੀ ਨੇ ਮੁਸਕਰਾਹਟ ਦੇ ਨਾਲ ਜਵਾਬ ਦਿੱਤਾ ਏ, ਜਮਾਤ ਨੂੰ ਆਪਣੇ ਕੋਲ ਬਿਠਾਇਆ, ਫਰਮਾਇਆ ਜਮਾਤ ਖੈਰ ਕਿਵੇਂ ਆਇਆ ਵੇ, ਅਖੇ ਮੈਂ ਸੁਣਿਆ ਏ ਤੁਸੀਂ ਪਾਗਲ ਹੋ ਗਏ ਹੋ। ਅਗਰ ਸਾਨੂੰ ਕੋਈ ਕਹਿੰਦਾ ਤੂੰ ਪਾਗਲ, ਤੇਰਾ ਪਿਓ ਪਾਗਲ, ਤੇਰਾ ਪੂਰਾ ਖਾਨਦਾਨ ਪਾਗਲ, ਮੈਂ ਕਿਉਂ ਪਾਗਲ ਹੋਵਾਂ, ਘਰੇ ਆ ਕੇ ਕਹਿ ਰਿਹਾ ਮੈਂ ਸੁਣਿਆ ਤੁਸੀਂ ਪਾਗਲ ਹੋ ਗਏ ਹੋ। ਅੱਲਾ ਦੇ ਨਬੀ ਮੁਸਕਰਾਉਣ ਲੱਗ ਪਏ ਨੇ, ਅੱਲਾ ਦੇ ਨਬੀ ਫਰਮਾਉਂਦੇ ਨੇ ਜਮਾਤ ਅੱਛਾ ਮੈਂ ਤੈਨੂੰ ਦੱਸਾਂ ਮੈਂ ਕਿੰਝ ਦੀਆਂ ਪਾਗਲ ਹੋ ਕੇ ਗੱਲਾਂ ਕਰਨਾ ਵਾਂ, ਅਖੇ ਦੱਸੋ ਜੀ ਕਿੰਝ ਦੀਆਂ ਗੱਲਾਂ ਕਰਦੇ ਹੋ। ਅੱਲਾ ਦੇ ਨਬੀ ਨੇ ਖੁਤਬਾ ਸ਼ੁਰੂ ਕਰ ਦਿੱਤਾ, ਅੱਲਾ ਦੇ ਨਬੀ ਫਰਮਾਉਂਦੇ ਨੇ ਇਨਨਲ ਹਮਦੁਲਿਲਾਹ ਨਹਮਦੁਹੁ ਵਨਸਤਾਈਨੁਹੁ ਵਨਸਤਗਫਿਰੁਹੁ ਵਨਅਊਜ਼ੁ ਬਿੱਲਾਹਿ ਮਿਨ ਸ਼ੁਰੂਰਿ ਅਨਫੁਸਿਨਾ। ਮੇਰੇ ਨਬੀ ਨੇ ਇੱਕ ਵਾਰੀ ਖੁਤਬਾ ਪੜਿਆ, ਕਹਿੰਦਾ ਜੀ ਦੁਬਾਰਾ ਸੁਣਾਓ ਨਾ। ਅੱਲਾ ਦੇ ਨਬੀ ਨੇ ਦੁਬਾਰਾ ਸੁਣਾਇਆ, ਕਹਿੰਦਾ ਦੁਬਾਰਾ ਸੁਣਾਓ ਨਾ। ਅੱਲਾ ਦੇ ਨਬੀ ਨੇ ਫਿਰ ਸੁਣਾਇਆ ਏ, ਜਦੋਂ ਤੀਸਰੀ ਮਰਤਬਾ ਸੁਣਾਇਆ ਨਾ, ਇਹ ਜਿਹੜਾ ਤਬੀਬ ਬਣ ਕੇ ਆਇਆ ਸੀ ਮੇਰੇ ਨਬੀ ਦਾ
ਦਾ ਮੁਰੀਦ ਬਣ ਕੇ ਆਏ। ਇਹ ਜਿਹੜਾ ਡਾਕਟਰ ਬਣ ਕੇ ਆਇਆ ਸੀ ਨਾ, ਦਵਾਈਆਂ ਲੈ ਕੇ ਆਇਆ ਸੀ ਨਾ, ਕਹਿੰਦਾ ਨਬੀ ਜੀ ਹੱਥ ਅੱਗੇ ਕਰੋ ਨਾ। ਅੱਲਾ ਦੇ ਨਬੀ ਨੇ ਹੱਥ ਅੱਗੇ ਕੀਤਾ, ਇਹਨੇ ਆਪਣਾ ਹੱਥ ਉੱਤੇ ਰੱਖ ਦਿੱਤਾ ਤੇ ਪੜਦਾ ਅਸ਼ਹਾਦੂ ਅੱਲਾ ਇਲਾਹਾ ਇਲਾਹਾ। ਮੇਰੇ ਨਬੀ ਨੇ ਅਖਲਾਕ ਦਾ ਮੁਜ਼ਾਹਰਾ ਕੀਤਾ। ਪਰ ਮੈਂ ਅਜ਼ਮਾ ਦੇ ਤੈਨੂੰ ਕਿੰਨੇ ਕਹਿ ਦਿੱਤਾ, ਕਿੰਨੇ ਕਹਿ ਦਿੱਤਾ ਤੈਨੂੰ ਮੈਂ ਪਾਗਲ ਹਾਂ। ਸੁਣਦੇ ਸਹੀ ਪਾਗਲ ਗੱਲਾਂ ਕੀਤੀਆਂ ਕਰਦਾ। ਫਿਰ ਅੱਲਾ ਨੇ ਕੁਰਾਨ ਨਾਜ਼ਿਲ ਕਰ ਦਿੱਤਾ, ਸੋਹਣਿਆ ਇਹ ਤੈਨੂੰ ਮਜਨੂੰ ਤੇ ਪਾਗਲ ਕਹਿੰਦੇ ਨੇ ਨਾ, ਮੈਂ ਅੱਲਾ ਤੈਨੂੰ ਕੀ ਕਹਿੰਦਾ ਵਾ, ਵਾ ਇੰਨਾ ਕਲ ਆਲਾ ਖੁਲੂਕੀ ਨਦੀਮ। ਸੋਹਣਿਆ ਇਹ ਚੱਲੇ ਨੇ, ਇਹ ਪਾਗਲ ਨੇ। ਅੱਲਾ ਫਰਮਾਉਂਦੇ ਨੇ, ਸੋਹਣਿਆ ਮੈਂ ਤੈਨੂੰ ਖੁਲਕੀ ਅਜ਼ੀਮ ਦਾ ਮਾਲਕ ਬਣਾਇਆ। ਅੱਲਾ ਅੱਲਾ ਮੈਂ ਕੁਰਬਾਨ ਜਾਵਾਂ, ਇਹ ਜਿਹੜਾ ਜ਼ਮਾਦ ਹੈ ਨਾ, ਲੋਕਾਂ ਨੂੰ ਬੜਾ ਇਤਮਾਦ ਏ, ਅੱਜ ਨਬੀ ਪਾਕ ਨੂੰ ਦਰੁਸਤ ਕਰ ਦੇਗਾ ਨਾ ਉਹਦੇ ਬਿੱਲਾ। ਇਹ ਜਦੋਂ ਵਾਪਸ ਆਇਆ ਹੈ ਨਾ, ਮੁਸ਼ਰਕੀਨ ਦਾ ਇੰਤਜ਼ਾਰ ਕਰ ਰਹੇ ਨੇ ਤੇ ਇੰਤਜ਼ਾਰ ਕਰਦਿਆਂ ਕਰਦਿਆਂ ਕਹਿੰਦੇ ਨੇ, ਓਏ ਜ਼ਮਾਦ ਓਏ ਦੱਸ ਤੇ ਸਹੀ ਨਾ, ਜਿੱਦਾਂ ਇਲਾਜ ਕਰਨ ਗਿਆ ਸੀ, ਤਬੀਬ ਬਣ ਕੇ ਗਿਆ ਸੀ, ਕੀ ਪੈਗਾਮ ਲੈ ਕੇ ਆਇਆ ਏ? ਕਹਿੰਦਾ ਇੱਕੋ ਹੀ ਪੈਗਾਮ ਲੈ ਕੇ ਆਇਆ, ਅਸ਼ਹਾਦੁ ਅੱਲਾ ਇਲਾਹਾ ਇਲਾ ਅੱਲਾ ਅੱਲਾ ਮੈਂ ਕੁਰਬਾਨ ਜਾਵਾਂ। ਮੇਰੇ ਨਬੀ ਨੇ ਅਖਲਾਕ ਦਾ ਮੁਜ਼ਾਹਰਾ ਕੀਤਾ। ਇੱਕ ਹੋਰ ਸਹੀ ਉਲ ਬੁਖਾਰੀ ਸਹੀ ਮੁਸਲਮ ਦੀ ਰਵਾਇਤ ਸੁਣਨਾ। ਅੱਲਾ ਦੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੇ ਕੋਲ ਇੱਕ ਪਹਿਲਵਾਨ ਆਇਆ, ਇਹਦਾ ਨਾਮ ਇਬਨੇ ਰੁਕਾਨਾ ਹੈ। ਆ ਕੇ ਨਬੀ ਪਾਕ ਨੂੰ ਕਹਿੰਦਾ ਹੈ, ਸੋਹਣਿਆ ਮੈਂ ਕਲਮਾ ਪੜ੍ਹਨਾ ਚਾਹੁੰਦਾ ਵਾਂ, ਲੇਕਿਨ ਪਹਿਲੇ ਮੈਂ ਚਾਹੁੰਦਾ ਵਾਂ ਤੁਹਾਡੇ ਨਾਲ ਕੁਸ਼ਤੀ ਕਰਾਂ। ਅਗਰ ਤੁਸੀਂ ਮੇਰੀ ਕੰਬਰ ਲਾ ਲਓ ਤੇ ਮੈਂ ਕਲਮਾ ਪੜ੍ਹ ਕੇ ਮੁਸਲਮਾਨ ਹੋ ਜਾਵਾਂਗਾ। ਮੈਂ ਸੁਣਿਆ ਹੈ ਨਬੀਆਂ 'ਚ ਬੜੀਆਂ ਪਾਵਰਾਂ ਹੁੰਦੀਆਂ ਨੇ। ਹਜ਼ਰਤ ਅਬੂ ਬਕਰ ਸਦੀਕ ਵੀ ਕੋਲ ਬੈਠੇ ਹੋਏ ਨੇ। ਅੱਲਾ ਦੇ ਨਬੀ ਫਰਮਾਉਂਦੇ ਨੇ, ਅਗਰ ਮੇਰੇ ਜਨਾਬ ਤੇਰੇ ਨਾਲ ਕੁਸ਼ਤੀ ਕਰਨ ਦੀ ਵਜ੍ਹਾ ਤੋਂ ਅੱਲਾ ਤੈਨੂੰ ਜਹੰਨਮ ਤੋਂ ਬਚਾ ਲਵੇਗਾ, ਫਿਰ ਰੁਕਾਨਾ ਮੈਂ ਤੇਰੇ ਨਾਲ ਕੁਸ਼ਤੀ ਕਰਨ ਨੂੰ ਤਿਆਰ ਹਾਂ, ਮੈਂ ਤੇਰੇ ਨਾਲ ਕੁਸ਼ਤੀ ਕਰ ਲਵਾਂਗਾ। ਅੱਲਾ ਅੱਲਾ ਮੈਂ ਕੁਰਬਾਨ ਜਾਵਾਂ। ਹਜ਼ਰਤ ਅਬੂ ਬਕਰ ਕਹਿੰਦੇ ਨੇ, ਸੋਹਣਿਆ ਇਹ ਮੰਨਿਆ ਤੰਨਿਆ ਪਹਿਲਵਾਨ ਏ, ਇਹਨੇ ਬੜਿਆਂ ਲੋਕਾਂ ਦੇ ਨਾਲ ਕੁਸ਼ਤੀ ਕੀਤੀ ਏ, ਇਹ ਤਿੰਨਾਂ ਤਿੰਨਾਂ ਨਾਲ ਕੁਸ਼ਤੀ ਕਰ ਲੈਂਦਾ ਏ। ਅੱਲਾ ਦੇ ਨਬੀ ਫਰਮਾਉਂਦੇ ਨੇ, ਅਬੂ ਬਕਰ ਜਿਹੜਾ ਨਬੀ ਹੁੰਦਾ ਏ ਨਾ, ਰੱਬ ਨੇ 40 ਬੰਦਿਆਂ ਜਿੰਨੀ ਪਾਵਰ ਦਿੱਤੀ ਹੁੰਦੀ ਏ, ਮੈਂ ਜਿਬਨੇ ਰੁਕਾਨਾ ਨਾਲ ਕੁਸ਼ਤੀ ਕਰਾਂਗਾ। ਕਹਿੰਦਾ ਸੋਹਣਿਓ ਕੋਈ ਲਾਂਗੜ ਲੁੰਗੜ ਕੱਸ ਲਓ, ਕੋਈ ਜਨਾਬ ਤਿਆਰੀ ਕਰ ਲਓ। ਫਰਮਾਇਆ ਨਬੀ ਇੰਜ ਨਹੀਂ ਕਰਦੇ, ਤੂੰ ਆ ਸਹੀ ਮੇਰੇ ਨਾਲ। ਇਹਨੇ ਤਿਆਰੀ ਸ਼ਿਆਰੀ ਕੀਤੀ, ਬੈਠਕਾਂ ਸ਼ੈਠਕਾਂ ਮਾਰੀਆਂ, ਮੈਦਾਨ ਦੇ ਅੰਦਰ ਆ ਗਿਆ। ਮੇਰੇ ਨਬੀ ਨੇ ਇਹਨੂੰ ਐਂਜ ਜਨਾਬ ਕਮਰ ਲਾਈਏ, ਜਿਸ ਤਰ੍ਹਾਂ ਮਾਂ ਆਪਣੇ ਬੱਚੇ ਨੂੰ ਸਲਾਹ ਦਿੰਦੀ ਏ, ਮੇਰੇ ਨਬੀ ਨੇ ਇਹਦੀ ਕਮਰ ਲਾ ਦਿੱਤੀ ਏ। ਕਹਿੰਦਾ ਜੀ ਮੈਨੂੰ ਪਤਾ ਨਹੀਂ ਚੱਲਿਆ, ਮੇਰਾ ਪੈਰ ਫਿਸਲ ਗਿਆ ਏ। ਅੱਲਾ ਦੇ ਨਬੀ ਨੇ ਦੂਸਰੀ ਮਰਤਬਾ ਵੀ ਕਮਰ ਲਾ ਦਿੱਤੀ ਏ। ਜਦੋਂ ਤੀਸਰੀ ਮਰਤਬਾ ਲਾਈਏ ਨਾ, ਇਹ ਥੱਲੇ ਪਿਆ ਹੀ ਕਹਿੰਦਾ ਅਸ਼ਹਾਦੁ ਅੱਲਾ ਇਲਾਹਾ ਇਲਾਹ, ਕਲਮਾ ਪੜਿਆ ਤੇ ਮੁਸਲਮਾਨ ਹੋ ਗਿਆ ਏ। ਅੱਲਾ ਦੇ ਨਬੀ ਫਰਮਾਉਂਦੇ ਨੇ, ਸੁਬਹਾਨ ਅੱਲਾ ਪਾਨ ਕਾਦਾ ਗੁਨਾਰ, ਅੱਲਾ ਨੇ ਇੱਕ ਗਰਦਨ ਨੂੰ ਜਹੰਨਮ ਦੀ ਅੱਗ ਕੋਲੋਂ ਬਚਾ ਲਿਆ ਏ। ਓਏ ਮੁਸਲਮਾਨੋ, ਤੁਹਾਨੂੰ ਇਸਲਾਮ ਦੀ ਖਾਤਰ ਕੋਈ ਕੰਮ ਵੀ ਕਰਨਾ ਪੈ ਜਾਵੇ, ਕਿਸੇ ਨੂੰ ਜਹੰਨਮ ਤੋਂ ਬਚਾਉਣ ਦੀ ਖਾਤਰ ਕੁਰਬਾਨੀ ਵੀ ਦੇਣੀ ਪੈ ਜਾਵੇ, ਕੁਰਬਾਨੀ ਦੇਣ ਤੋਂ ਪਿੱਛੇ ਨਾ ਮੁੜਿਆ ਕਰੋ। ਇਸਲਾਮ 'ਚ ਬੜੀਆਂ ਕੁਰਬਾਨੀਆਂ ਰੱਖੀਆਂ ਨੇ। ਮੇਰੇ ਨਬੀ ਨੂੰ ਰੱਬ ਨੇ ਖੁਲਕੇ ਅਜ਼ੀਮ ਦਾ ਮਾਲਕ ਬਣਾਇਆ ਏ। ਆਓ
ਮੁਸਨਦ ਅਹਿਮਦ ਦੀ ਇੱਕ ਰਵਾਇਤ ਸੁਣਾਂਗੇ। ਅੱਲਾ ਦੇ ਨਬੀ ਦੇ ਦੌਰ ਦੇ ਅੰਦਰ ਅੱਲਾ ਦੇ ਨਬੀ ਜਦੋਂ ਵਾਜ਼ੋ ਨਸੀਹਤ ਕਰਿਆ ਕਰਦੇ ਨਾ, ਇੱਕ ਯਹੂਦੀਆਂ ਦਾ ਬੱਚਾ ਵੀ ਆ ਜਾਇਆ ਕਰਦਾ ਮੇਰੇ ਨਬੀ ਦੇ ਕੋਲੋਂ ਦਾਵਤ ਸੁਣ ਲਿਆ ਕਰਦਾ, ਮੇਰੇ ਨਬੀ ਕੋਲੋਂ ਜਨਾਬ ਕੁਝ ਨਾ ਕੁਝ ਸੁਣ ਲਿਆ ਕਰਦਾ ਅਤੇ ਆਪਣੇ ਘਰ ਚਲਾ ਜਾਇਆ ਕਰਦਾ। ਅੱਲਾ ਦੇ ਨਬੀ ਦੇ ਅਖਲਾਕ ਤੋਂ ਬੜਾ ਮੁਤਾਸਰ ਹੋਇਆ ਹੈ। ਇੱਕ ਦਿਨ ਬੱਚਾ ਬਿਮਾਰ ਹੋ ਗਿਆ, ਯਹੂਦੀਆਂ ਦਾ ਬੱਚਾ। ਅੱਜ ਸੁਨੀਆਂ ਅਤੇ ਵਾਬੀਆਂ ਦਾ ਝਗੜਾ ਖਤਮ ਨਹੀਂ ਹੁੰਦਾ, ਅਖੇ ਮੈਂ ਉੱਧਰ ਨਹੀਂ ਜਾਂਦਾ, ਕਿਉਂ ਜੀ ਇਹ ਸੁਨੀਆਂ ਦੀ ਮਸਜਿਦ ਹੈ, ਮੈਂ ਇੱਧਰ ਨਹੀਂ ਜਾਂਦਾ, ਇਹ ਵਾਬੀਆਂ ਦੀ ਮਸਜਿਦ ਹੈ। ਮੇਰੇ ਨਬੀ ਕਿਹੜੇ ਨੇ ਜਿੰਦਾ ਤੂੰ ਕਲਮਾ ਪੜਿਆ ਵੇ, ਯਹੂਦੀਆਂ ਦਾ ਬੱਚਾ ਮੇਰੇ ਨਬੀ ਦੇ ਕੋਲ ਬਹਿੰਦਾ ਰਿਹਾ ਹੈ, ਇਹ ਬਿਮਾਰ ਹੋ ਜਾਂਦਾ ਹੈ। ਅੱਲਾ ਦੇ ਨਬੀ ਜਿਹੜੇ ਨੇ ਨਾ, ਅੱਲਾ ਦੇ ਨਬੀਆਂ ਦੇ ਪਿੱਛੇ ਚਲੇ ਗਏ ਨੇ ਇਬਾਦਤ ਕਰਨ ਵਾਸਤੇ, ਜਾ ਕੇ ਬਹਿ ਜਾਂਦੇ ਨੇ ਅਤੇ ਅੱਲਾ ਦੇ ਨਬੀ ਫਰਮਾਉਂਦੇ ਨੇ ਪੁੱਤਰਾ ਤੂੰ ਕਲਮਾ ਪੜ ਲੈ, ਅਸਲੀ ਮੁਸਲਮਾਨ ਹੋ ਜਾ। ਇਹ ਬੱਚਾ ਆਪਣੇ ਬਾਪ ਵੱਲੇ ਵੇਂਦਾ ਹੈ, ਇਹਦੇ ਬਾਪ ਨੇ ਜਦੋਂ ਵੇਖਿਆ ਨਾ, ਵਕਤ ਦਾ ਇਮਾਮ ਹੈ, ਵਕਤ ਦਾ ਨਬੀ ਹੈ, ਸਰਦਾਰ ਉਲੰਬੀਆ ਹੈ, ਸਾਡੇ ਘਰੇ ਚੱਲ ਕੇ ਆਇਆ ਵੇ, ਸਾਡੇ ਘਰੇ ਚੱਲ ਕੇ ਆਇਆ ਵੇ। ਇਹਨੇ ਆਪਣੇ ਬੇਟੇ ਨੂੰ ਇਸ਼ਾਰਾ ਕੀਤਾ, ਪੁੱਤਰਾ ਅਸੀਂ ਅਬਿਲ ਕਾਸਿਮ ਅਬੁਲ ਕਾਸਿਮ ਦੀ ਇਤਾਦ ਕਰ ਲੈ। ਇਸ ਪੁੱਤਰ ਨੇ ਨਬੀ ਦੇ ਅਖਲਾਕ ਤੋਂ ਮੁਤਾਸਰ ਹੋ ਕੇ ਇਹਨੇ ਪੜ੍ਹ ਲਿਆ ਅਸ਼ਹਾਦੁ ਅੱਲਾ ਇਲਾਹਾ ਇਲੱਲਾ, ਕਲਮਾ ਪੜਿਆ ਤੇ ਮੁਸਲਮਾਨ ਹੋ ਗਿਆ ਏ, ਮੇਰੇ ਨਬੀ ਦੀ ਅਖਲਾਕ ਤੋਂ ਮੁਤਾਸਰ ਹੋਇਆ ਏ। ਓਏ ਮੁਸਲਮਾਨੋ, ਮੈਂ ਤੁਹਾਨੂੰ ਕਿਹੜੀ ਕਿਹੜੀ ਗੱਲ ਸੁਣਾਵਾਂ। ਤਾਇਫ ਦੀ ਵਾਦੀਆਂ ਦੇ ਅੰਦਰ ਮੇਰੇ ਨਬੀ ਨੂੰ ਪੱਥਰ ਪੈ ਰਹੇ ਨੇ, ਪਹਾੜਾਂ ਦਾ ਫਰਿਸ਼ਤਾ ਆਇਆ ਵੇ, ਸੋਹਣਿਆ ਇਜਾਜ਼ਤ ਦਿਓ ਨਾ, ਅਸੀਂ ਇਹਨਾਂ ਨੂੰ ਇੰਜ ਵਜਾਈਏ, ਅਸੀਂ ਇਹਨਾਂ ਨੂੰ ਇੰਜ ਤਬਾਹ ਕਰ ਦਈਏ ਜਿਵੇਂ ਚੱਕੀ ਦੇ ਅੰਦਰ ਆਟਾ ਪੀਸਿਆ ਜਾਂਦਾ ਏ, ਅਸੀਂ ਇਹਦੇ ਤੋਂ ਚੱਕੀ ਦੇ ਵਿੱਚ ਜਿਵੇਂ ਆਟਾ ਪੀਸਿਆ ਜਾਂਦਾ ਏ, ਇੰਜ ਅਸੀਂ ਇਹਨਾਂ ਨੂੰ ਪੀਸ ਦੇਵਾਂਗੇ। ਮੇਰੇ ਨਬੀ ਫਰਮਾਉਂਦੇ ਨੇ ਓਏ ਫਰਿਸ਼ਤਿਆ ਇਨਕ ਲਾਲਾ ਗੁਲਕਿਨ ਅਜ਼ੀਮ, ਮੈਨੂੰ ਰੱਬ ਨੇ ਗੁਲਕੇ ਅਜ਼ੀਮ ਦਾ ਮਾਲਕ ਬਣਾਇਆ ਵੇ, ਮੈਨੂੰ ਰੱਬ ਨੇ ਬੜੀ ਇਜ਼ਤਾਂ ਨਾਲ ਨਵਾਜ਼ਾ ਵੇ, ਅੱਜ ਮੇਰਾ ਖੂਨ ਨਿਕਲਿਆ ਏ, ਕੱਲ੍ਹ ਰੱਬ ਇਹਨਾਂ ਦੀਆਂ ਨਸਲਾਂ ਦੇ ਵਿੱਚੋਂ ਇੰਜ ਦੇ ਸ਼ੇਰ ਪੈਦਾ ਕਰੇਗਾ, ਇੰਜ ਦੇ ਮੁਜਾਹਦ ਪੈਦਾ ਕਰੇਗਾ, ਇੰਜ ਦੇ ਤੋਹੀਦ ਵਾਲੇ ਪੈਦਾ ਕਰੇਗਾ, ਜਿਹੜੇ ਰੱਬ ਤੋਂ ਇਲਾਵਾ ਕਿਸੇ ਕੋਲੋਂ ਨਹੀਂ ਮੰਗਣਗੇ, ਜਿਹੜੇ ਕਹਿਣਗੇ ਰੱਬ ਇਕੱਲਾ ਏ, ਸਿਰਫ ਰੱਬ ਕੋਲੋਂ ਮੰਗਣਾ ਚਾਹੀਦਾ ਹੈ। ਇੱਕ ਰੱਬ ਕੋਲੋਂ ਮੰਗ, ਉਹਦੇ ਕੋਲੋਂ ਕਾਦੀ ਸੰਗ, ਐਵੇਂ ਗੈਰਾਂ ਅੱਗੇ ਸਾਰੇ ਨਾ ਝੁਕਾ ਬੰਦਿਆ। ਇੱਕ ਰੱਬ ਕੋਲੋਂ ਮੰਗ, ਉਹਦੇ ਕੋਲੋਂ ਕਾਦੀ ਸੰਗ, ਐਵੇਂ ਗੈਰਾਂ ਅੱਗੇ ਸਾਰੇ ਨਾ ਝੁਕਾ ਬੰਦਿਆ। ਉਂਗਲਾਂ ਦੇ ਪੋਰੇ ਕਿੰਜ ਰੱਬ ਨੇ ਜੋੜੇ, ਡਿਜ਼ਾਇਨ ਅਲੱਗ ਨੇ, ਪਰਿੰਟ ਅਲੱਗ ਨੇ, ਹਾਸੇ ਅਲੱਗ ਨੇ, ਗਮ ਵੀ ਅਲੱਗ ਨੇ, ਖੁਸ਼ੀਆਂ ਅਲੱਗ ਨੇ, ਵਹਿਣ ਅਲੱਗ ਨੇ। ਛੱਡ ਸ਼ਿਰਕ ਦੀ ਜਰੀ, ਛੱਡ ਸ਼ਿਰਕ ਦੀ ਜਰੀ, ਸਾਰੀ ਉਹਦੀ ਕਾਰਗਰੀ, ਉਹਦੇ ਜੇ ਕਾਰੀਗਰ ਤੂੰ ਵਗਾ ਬੰਦਿਆ। ਅੱਲਾ ਅੱਲਾ ਮੰਗਣਾ ਕਿਹਦੇ ਕੋਲੋਂ ਚਾਹੀਦਾ ਏ? ਅੱਲਾ ਕੋਲੋਂ ਮੰਗਣਾ ਚਾਹੀਦਾ। ਮੇਰੇ ਨਬੀ ਨੇ ਮਾਰਾਂ ਖਾਧੀਆਂ ਨੇ ਇੱਕ ਜੁਮਲੇ ਵਾਸਤੇ ਲੋਵੋ, ਅੱਲਾ ਇੱਕ ਜੇ ਤੋਹੀਦ ਦੀ ਦਾਵਤ ਵੀ ਦਿੱਤੀ ਮੇਰੇ ਨਬੀ ਨੇ, ਅਖਲਾਕ ਦੇ ਨਾਲ ਦਿੱਤੀ।
ਸਾਡੀ ਮਸਜਿਦਾਂ ਦੇ ਅੰਦਰ ਕੋਈ ਬੰਦਾ ਆ ਜਾਏ, ਪੈਰ ਨਾਲ ਪੈਰ ਹੀ ਲਾਉਂਦਾ, ਹੁਣ ਮਸਜਿਦ 'ਚ ਨਾ ਆਈ ਤੇ ਨਮਾਜ਼ ਪੜ੍ਹਨ ਦਾ ਪਤਾ ਕੋਈ? ਯਾਰ ਉਹ ਆ ਗਿਆ, ਅੱਲਾਹ ਉਹਨੂੰ ਤੌਫੀਕ ਦਿੱਤੀ, ਬਣ ਜਾਏਗਾ ਨਮਾਜ਼ੀ, ਆਸਤਾ ਆਸਤਾ ਪੜ੍ਹਨ ਲੱਗ ਜਾਏਗਾ ਨਮਾਜ਼। ਤੈਨੂੰ ਕਿਸ ਬੰਦੇ ਨੇ ਇਸ ਚੀਜ਼ ਦਾ ਸਾਮਨ ਬਣਾਇਆ ਹੈ, ਹੁਕਮਰਾਨ ਬਣਾਇਆ ਹੈ, ਤੂੰ ਕੌਣ ਹੁੰਦਾ ਹੈ? ਏਡੀ ਪਾਵਰ ਵਾਲਾ, ਇਹ ਕਹਿਣ ਵਾਲਾ, ਤੇਰੀ ਨਮਾਜ਼ ਹੀ ਕਬੂਲ ਨਹੀਂ ਹੋਈ। ਇੱਕ ਬੰਦਾ ਸਾਬਤ ਕਰ ਦਿਓ ਖੜਾ ਹੋ ਕੇ ਕਿ ਮੈਂ ਨਮਾਜ਼ ਪੜ੍ਹਨਾ ਵਾਂ, ਮੈਨੂੰ ਮੈਸੇਜ ਆਉਂਦਾ ਹੈ ਮੇਰੀ ਨਮਾਜ਼ ਕਬੂਲ ਹੋ ਗਈ। ਬਾਬੀ ਨਮਾਜ਼ ਪੜ੍ਹੇ, ਸੁਣੀ ਨਮਾਜ਼ ਪੜ੍ਹੇ, ਹਜ਼ਰਤ ਜੀ ਗੁੱਸਾ ਨਹੀਂ ਕਰਨਾ, ਨਮਾਜ਼ ਦਾ ਮੈਸੇਜ ਕਿਸੇ ਨੂੰ ਵੀ ਨਹੀਂ ਆਉਂਦਾ, ਮੇਰਾ ਰੱਬ ਨੀਅਤ ਵੀਂਦਾ ਜੀ। ਤੇਰੀ ਨੀਅਤ ਕਿਹੜੀ ਖਾਲਸ ਹੈ? ਤੂੰ ਨਬੀ ਨਾਲ ਕਿੰਨਾ ਕੁ ਪਿਆਰ ਕਰਨਾ ਹੈ, ਰੱਬ ਨਾਲ ਤੇਰਾ ਅਕੀਦਾ ਕਿੰਨਾ ਕੁ ਸੱਚਾ ਹੈ, ਰੱਬ ਤੇਰੀ ਨੀਅਤ ਵੀਂਦਾ। ਇਹ ਬਾਬੀ ਸੁਣੀ ਦੇ ਝਗੜਿਆਂ 'ਚੋਂ ਬਾਹਰ ਆ ਜਾਓ ਰੱਬ ਦਾ ਵਾਸਤਾ ਜੀ। ਇਹ ਕਈ ਆਸ਼ਕੇ ਰਸੂਲ ਸਿਰਫ ਇਸ ਮਹੀਨੇ ਨਿਕਲਣਗੇ, ਸਿਰਫ ਰਬੀ ਲੱਭਲ ਦੇ ਅੰਦਰ ਨਜ਼ਰ ਆਉਣਗੇ, ਲੇਕਿਨ ਉਹਨਾਂ ਦੀ ਆਸ਼ਕੀ ਇੱਥੇ ਹੀ ਖਤਮ ਹੋ ਜਾਏਗੀ, 12 ਰਬੀ ਲੱਭਲ ਤੋਂ ਬਾਅਦ ਦਮ ਤੋੜ ਜਾਏਗੀ। ਕਿਆ ਮੇਰੇ ਨਬੀ ਸਿਰਫ ਇਸੇ ਮਹੀਨੇ ਦੇ ਅੰਦਰ ਮੇਰੇ ਨਬੀ ਨੇ ਦਾਵਤ ਦਾ ਕੰਮ ਕੀਤਾ? ਪਰ ਯਾਦ ਰੱਖਣਾ, ਅਬੂ ਲਹਬ ਜਿਹੜਾ ਮਰ ਗਿਆ, ਜਿਹਨੂੰ ਕੀੜੀਆਂ ਨੇ ਖਾਧਾ, ਜ਼ਿੰਦਾ ਹੋਇਆ ਚੂ ਮੁਸ਼ਕ ਆਉਂਦਾ ਸੀ, ਸਭ ਨਾਲੋਂ ਜ਼ਿਆਦਾ ਮੇਰੇ ਨਬੀ ਦੀ ਜੰਮਣ ਦੀ ਖੁਸ਼ੀ ਅਬੂ ਲਹਬ ਨੇ ਕੀਤੀ ਸੀ। ਮੈਂ ਹਦੀਸ 'ਚ ਸਾਬਤ ਕਰ ਸਕਦਾ, ਲੇਕਿਨ ਜਿਹਦੀ ਖੁਸ਼ੀ ਅਬੂ ਬਕਰ ਦੀ ਖੁਸ਼ੀ ਵਰਗੀ ਹੋਏਗੀ, ਅਬੂ ਬਕਰ ਨੇ ਉਸ ਦਿਨ ਦਾ ਰੋਜ਼ਾ ਰੱਖਿਆ ਜਦੋਂ ਮੇਰੇ ਨਬੀ ਪੈਦਾ ਹੋਏ। ਜਿੰਨੀ ਖੁਸ਼ੀ ਅਬੂ ਬਕਰ ਦੇ ਨਾਲ ਦੀ ਹੋਏਗੀ, ਉਮਰ ਦੇ ਨਾਲ ਦੀ ਹੋਏਗੀ, ਉਸਮਾਨ ਦੇ ਨਾਲ ਦੀ ਹੋਏਗੀ, ਉਹਦੀ ਖੁਸ਼ੀ ਕਬੂਲ ਕਰਕੇ ਰੱਬ ਜੰਨਤ ਦਾ ਮਹਿਮਾਨ ਬਣਾ ਦੇਗਾ। ਔਰ ਜਿੰਨੀ ਖੁਸ਼ੀ ਅਬੂ ਲਾਭ ਦੇ ਨਾਲ ਹੋਏਗੀ, ਖੋਖਲੇ ਨਾਰੇ ਹੋਣਗੇ, ਖੋਖਲੀਆਂ ਗੱਲਾਂ ਹੋਣਗੀਆਂ, ਇੰਜ ਬਸਤੇ ਇੰਜ ਕਰ ਦਿਆਂਗੇ, ਅਸੀਂ ਇੰਜ ਕਰ ਦਿਆਂਗੇ। ਖੋਖਲੀਆਂ ਮੁਹੱਬਤਾਂ ਰੱਬ ਨੂੰ ਚਾਹੀਦੀਆਂ ਨਹੀਂ ਜੇ ਚਾਹੀਦੀਆਂ, ਲੋਕਾਂ ਨੂੰ ਨਹੀਂ ਦਿਖਾਉਣਾ, ਅਸੀਂ ਦਿਖਾਉਣਾ ਤੇ ਕਿਹਨੂੰ ਦਿਖਾਉਣਾ ਹੈ? ਅਰਸ਼ ਵਾਲੇ ਰੱਬ ਨੂੰ ਦਿਖਾਉਣਾ ਹੈ। ਔਰ ਸਾਡਾ ਕੀ ਦਾਵੇ, ਅਰਸ਼ ਵਾਲਾ ਰੱਬ ਕਾਲੀ ਰਾਤ, ਸਿਆਹ ਰਾਤ, ਕਾਲੇ ਪੱਥਰ ਉੱਤੇ ਕਾਲਾ ਕੀੜਾ ਵੀ ਚੱਲਦਾ ਹੋਏ, ਰੱਬ ਉਹਨੂੰ ਵੇਂਦਾ ਵੀ ਹੈ, ਉਹਦੇ ਕਦਮਾਂ ਦੀ ਆਹਟ ਨੂੰ ਵੀ ਰੱਬ ਸੁਣਦਾ ਹੈ। ਸਾਡਾ ਕੀ ਦਾ, ਅੱਲਾ ਅੱਲਾ ਮੈਂ ਕੁਰਬਾਨ ਜਾਵਾਂ, ਹੇ ਮੁਸਲਮਾਨਾ ਮੇਰੇ ਨਬੀ ਦਾ ਖਲਾ ਕਿਆ ਹੈ, ਆਖਰੀ ਵਾਕਿਆ ਸੁਣਨਾ ਹੋਵੇ ਪਰ ਇਹਨੂੰ ਆਪਣੀਆਂ ਦਿਲ ਦੀਆਂ ਤਖਤੀਆਂ 'ਤੇ ਲਿਖ ਕੇ ਲੈ ਜਾਣਾ, ਅਗਰ ਇਸ ਵਾਕਿਆ ਦੇ ਸੁਣਨ ਤੋਂ ਬਾਅਦ ਵੀ ਤੇਰਾ ਈਮਾਨ ਜ਼ਿੰਦਾ ਨਾ ਹੋਵੇ, ਤੈਨੂੰ ਇਹ ਨਾ ਹੋਵੇ ਕਿ ਮੈਂ ਅਖਲਾਕ ਵਾਲਾ ਬਣ ਜਾਵਾਂ, ਫਿਰ ਮੈਂ ਸਮਝਣਾ ਵਾਂ ਸਾਡੇ ਅੰਦਰ ਈਮਾਨ ਦੀ ਕਮੀ ਹੈ। ਹਜ਼ਰਤ ਇਸ ਮਾਮਾ ਬਿਨਾ ਸਾਲ ਰਜ਼ੀ ਅੱਲਾ ਗੋ ਤਾਲਾ ਨੂੰ ਜੇ ਮੁਸਲਮਾਨ ਨਹੀਂ ਹੋਏ, ਅੱਲਾ ਦੇ ਨਬੀ ਨੇ ਸਾਹਾਬਾਂ ਨੂੰ ਹੁਕਮ ਦਿੱਤਾ ਇਹ ਜਿਹੜਾ ਸਮਾਮਾ ਹੈ ਨਾ ਕਿੱਥੇ ਮਿਲ ਜਾਵੇ ਉੱਥੇ ਇਹਨੂੰ ਮਾਰ ਦੇਣਾ, ਇਹ ਜਿੱਥੇ ਮਿਲ ਜਾਵੇ ਅੱਲਾ ਦਾ ਵੀ ਦੁਸ਼ਮਣ ਹੈ, ਉਹਦੇ ਰਸੂਲ ਦਾ ਵੀ ਦੁਸ਼ਮਣ ਹੈ। ਹਜ਼ਰਤ ਸਾਹਾਬਾ ਰਾਤ ਨੂੰ ਪਹਿਰਾ ਦੇ ਰਹੇ ਨੇ, ਇਹਨਾਂ ਸਮਾਮਾਂ ਨੂੰ ਨਿਕਲਦਿਆਂ ਵੇਖ ਲਿਆ, ਹਜ਼ਰਤ ਸਾਹਾਬਾ ਨੇ ਪਕੜ ਲਿਆ, ਇਹ ਕਨਫਰਮ ਨਹੀਂ ਹੋ ਰਿਹਾ ਖਰੇ ਸਮਾਮਾ ਹੈ ਜਾਂ ਨਹੀਂ ਹੈ। ਸਾਹਾਬਾ ਪਕੜ ਕੇ ਮਸਜਿਦ ਨਬੀ 'ਚ ਲੈ ਆਏ ਨੇ, ਇਹਨਾਂ ਨੇ ਆ ਕੇ ਮਸਜਿਦ ਨਬੀ ਦੇ ਸਤੂਨ ਨਾਲ ਬੰਨ ਦਿੱਤਾ, ਇਧਰੋਂ ਅੱਲਾ ਦੇ ਨਬੀ ਨੂੰ ਬੁਲਾ ਲਿਆ, ਏ ਕਹਿੰਦੇ ਨੇ ਸੋਹਣਿਆ ਵੇਖੋ ਨਾ ਸਮਾਮਾ ਹੈ ਤੇ ਨਹੀਂ ਵੇ। ਅੱਲਾ ਦੇ ਨਬੀ ਫਰਮਾਉਂਦੇ ਨੇ ਹੈ ਹੀ ਸਮਾਮਾ ਵੇ, ਅੱਲਾ ਦੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਸਮਾਮਾ ਹੈ, ਅੱਲਾ ਦੇ ਰਸੂਲ ਜੀ ਇਹਨੂੰ ਕਤਲ ਕਰ ਦੇਈਏ। ਫਰਮਾਇਆ ਹੁਣ ਮਸਜਿਦ ਦੇ ਅੰਦਰ ਦਾਖਲ ਹੋ ਗਿਆ ਵੇ, ਹੁਣ ਅਮਨ ਵਾਲੀ ਜਗ੍ਹਾ 'ਚ ਦਾਖਲ ਹੋ ਗਿਆ ਹੈ। ਅੱਜ ਜਿੰਨੇ ਫੱਡੇ ਪੈਂਦੇ ਨੇ, ਜਿੰਨੀਆਂ ਗੀਬਤਾਂ ਹੁੰਦੀਆਂ ਨੇ, ਜਿੰਨੀਆਂ ਚੁਗਲੀਆਂ ਹੁੰਦੀਆਂ ਨੇ ਮਸਜਿਦਾਂ ਦੇ ਅੰਦਰ ਹੁੰਦੀਆਂ ਨੇ, ਫਰਮਾਇਆ ਹੁਣ ਅਮਨ ਵਾਲੀ ਜਗ੍ਹਾ 'ਚ ਦਾਖਲ ਹੋ ਗਿਆ ਵੇ। ਹੁਣ ਮੇਰੇ ਸਾਹਾਬਾ ਇਹਨੂੰ ਕੁਝ ਨਹੀਂ ਕਹਿਣਾ, ਬਲਕਿ ਮੈਂ ਆਪਣੇ ਪੀਰ ਤੋਂ ਕੁਰਬਾਨ ਜਾਵਾਂ। ਅੱਲਾ ਦੇ ਨਬੀ ਫਰਮਾਉਂਦੇ
ਦੇ ਨੇ ਹੋਏ ਸਮਾਮਾ, ਅੱਜ ਤੋਂ ਬਾਅਦ ਤੇਰੀ ਰੋਟੀ ਮੁਹੰਮਦ ਦੇ ਘਰੋਂ ਆਏਗੀ, ਮੈਂ ਕੁਰਬਾਨ ਜਾਵਾਂ ਇਸ ਪੀਰ ਨੂੰ, ਇਹ ਮੇਰੇ ਪੀਰ ਨੂੰ ਮਾਰਨ ਵਾਸਤੇ ਆਇਆ ਵੇ, ਮੇਰੇ ਨਬੀ ਫਰਮਾ ਰਹੇ ਨੇ ਰੋਟੀ ਸਾਡੇ ਘਰੋਂ ਆਏਗੀ। ਅੱਲਾ ਦੇ ਨਬੀ ਨੇ ਪਹਿਲੇ ਦਿਨ 7 ਰੋਟੀਆਂ ਤੇ ਕੜਵਾ ਦੁੱਧ ਆਇਆ, ਹਦੀਸ ਦੇ ਅਲਫਾਜ਼ ਨੇ 7 ਰੋਟੀਆਂ ਵੀ ਖਾ ਗਿਆ, ਕੜਵਾ ਦੁੱਧ ਵੀ ਪੀ ਗਿਆ, ਦੂਸਰੇ ਦਿਨ ਫਿਰ 7 ਰੋਟੀਆਂ ਤੇ ਕੜਵਾ ਦੁੱਧ, ਇਹ 3 ਟਾਈਮ 7 ਰੋਟੀਆਂ ਤੇ ਕੜਵਾ ਦੁੱਧ ਪੀਂਦਾ ਰਿਹਾ ਏ। ਅੱਲਾ ਦੇ ਨਬੀ ਦੂਸਰੇ ਦਿਨ ਆਏ ਨੇ ਤੇ ਆ ਕੇ ਕਹਿੰਦੇ ਨੇ, ਓਏ ਸਮਾਮਾ ਯਾਰ ਮੈਨੂੰ ਵੇਖ ਤੇ ਸਹੀ ਨਾ, ਇੱਕ ਵਾਰੀ ਵੇਖ ਤੇ ਸਹੀ ਨਾ। ਸਮਾਮਾ ਕਹਿੰਦਾ ਮੈਂ ਤੁਹਾਨੂੰ ਨਹੀਂ ਵੇਖਣਾ। ਮੈਂ ਕਹਿੰਦਾ ਸਮਾਮਾ ਇੱਕ ਵਾਰੀ ਵੇਖ ਤੇ ਲੈਂਦਾ, ਤੂੰ ਅਜੇ ਮੇਰਾ ਮਹਿਬੂਬ ਨੀ ਡਿੱਠਾ, ਜਿਹਨੂੰ ਵੇਖਿਆ ਚੰਨ ਸ਼ਰਮਾਵੇ, ਜੇ ਉਹ ਜਾਵੇ ਸੈਰ ਕਰਨ ਨੂੰ ਸਾਰਾ ਫਲਕ ਸਜਾਇਆ ਜਾਵੇ, ਜੇ ਉਹ ਖੋਲੇ ਵੱਲ ਜ਼ੁਲਮਾਂ ਦੇ ਤੇ ਰਾਗੀ ਰਾ ਭੁੱਲ ਜਾਵੇ, ਜੇ ਉਹ ਰੱਖੇ ਓਏ ਬਾਈ ਕਦਮ ਜ਼ਮੀਨ ਦੇ ਤੇ ਧਰਤੀ ਖੁਸ਼ ਹੋ ਜਾਵੇ। ਮੈਂ ਕਿਹਾ ਸਮਾਮਾ ਤੂੰ ਵੇਖਿਆ ਨਹੀਂ, ਜੇ ਵੇਖਿਆ ਆਉਂਦਾ ਤੇ ਇੰਜ ਨਾ ਕਹਿੰਦਾ। ਦੂਸਰੇ ਦਿਨ ਸਰਵਰ ਬਹਿੰਦੇ ਆ ਕੋਲ ਨੇ, ਕਿਵੇਂ ਸਮਾਮਾ ਤੇਰੇ ਕੌੜੇ ਜੇ ਬੋਲ ਨੇ, ਉਤਾਂ ਤੇ ਵੇਖ ਕਿਹਦੀਆਂ ਅੱਖੀ ਅਨਮੋਲ ਨੇ, ਇਹ ਸ਼ਹਿਰ ਮਦੀਨਾ ਜਿੱਥੇ ਰਹਿਮਤ ਗਫਾਰ ਦੀ ਚੋਕ ਹਬੀਬ ਵਾਲੀ ਸੀਨੇ ਨੂੰ ਠਾਰ ਦੀ। ਅੱਗੂ ਸਮਾਮਾ ਬੋਲ ਕੇ ਕਹਿੰਦਾ ਏ, ਕਹਿੰਦਾ ਮੈਂ ਤੁਹਾਡਾ ਚਿਹਰਾ ਨਹੀਂ ਵੇਖਣਾ, ਮੈਂ ਤੁਹਾਡੇ ਚਿਹਰੇ ਨੂੰ ਨਹੀਂ ਵੇਖ ਸਕਦਾ। ਅੱਲਾ ਅੱਲਾ ਮੈਂ ਕੁਰਬਾਨ ਜਾਵਾਂ, ਜ਼ਿਦੇ ਦੀ ਉੱਤੇ ਤਰਸ ਆਇਆ ਸਰਕਾਰਾਂ ਨੂੰ, ਛੱਡ ਦਿਓ ਇਹਨੂੰ ਹੁਕਮ ਦੇ ਦਿੱਤਾ ਯਾਰਾਂ ਨੂੰ। ਜਦੋਂ ਅੱਲਾ ਦੇ ਨਬੀ ਨੇ ਦੀਆਂ ਗੱਲਾਂ ਸੁਣੀਆਂ ਨਾ, ਅੱਲਾ ਦੇ ਨਬੀ ਫਰਮਾਉਂਦੇ ਨੂੰ ਆਜ਼ਾਦ ਕਰ ਦਿੱਤਾ ਜਾਏ। ਇਸ ਮਾਮਾ ਬੋਲ ਕੇ ਕਹਿੰਦਾ ਏ, ਅਗਰ ਮੈਨੂੰ ਕਤਲ ਕਰ ਦਿਓਗੇ ਮੇਰੇ ਬਦਲਾ ਲੈਣ ਵਾਲੇ ਹਜ਼ਾਰਾਂ ਨੇ, ਅਗਰ ਮੈਨੂੰ ਛੱਡ ਦਿਓ ਮੈਂ ਸਾਰੀ ਜ਼ਿੰਦਗੀ ਤੁਹਾਡਾ ਆਸਾਨ ਨਹੀਂ ਭੁੱਲਾਂਗਾ। ਹਜ਼ਰਤ ਉਮਰ ਦਾ ਹੱਥ ਤਲਵਾਰ ਦੇ ਉੱਤੇ ਕੱਪ ਕਪਾ ਰਿਹਾ ਏ, ਸੁਣਿਆ ਤੁਹਾਡੇ ਨਾਲ ਕਿੰਨੀਆਂ ਗੱਲਾਂ ਕਰ ਰਿਹਾ ਏ, ਮੈਂ ਦੀ ਤੌਣ ਲਾ ਦਿਆਂਗਾ। ਅੱਲਾ ਦੇ ਨਬੀ ਨੇ ਫਰਮਾਇਆ ਨਹੀਂ ਨਹੀਂ, ਸਮਾਮਾ ਦੀਆਂ ਰੱਸੀਆਂ ਖੋਲ ਦਿਓ। ਸਮਾਮਾ ਦੀਆਂ ਰੱਸੀਆਂ ਖੋਲੀਆਂ ਨੇ, ਸਮਾਮਾ ਮਸਜਿਦ ਨਬੀ ਦੇ ਸੀਨ ਜੋ ਦੌੜ ਲਾ ਦਿੰਦਾ ਏ, ਅੱਗੇ ਖਜੂਰਾਂ ਦਾ ਚੁੰਡ ਆ ਜਾਂਦਾ ਏ, ਉੱਥੇ ਖਲੋ ਕੇ ਸੋਚਣ ਲੱਗ ਪਿਆ ਸਮਾਮਾ ਉਹਦੀ ਉਠਣੀ ਦਾ ਦੁੱਧ ਵੀ ਪੀਂਦਾ ਰਿਹਾ ਹੈ, ਉਹਦੇ ਘਰ ਦੀਆਂ ਰੋਟੀਆਂ ਵੀ ਖਾਂਦਾ ਰਿਹਾ ਹੈ। ਅਗਰ ਕੋਈ ਚੌਧਰੀ ਹੁੰਦਾ ਉਹਨੇ ਤੇਰਾ ਸਰ ਕਲਮ ਕਰ ਦੇਣਾ ਸੀ। ਇਹ ਗੱਲਾਂ ਦੱਸਦੀਆਂ ਨੇ ਅੱਲਾ ਦਾ ਰਸੂਲ। ਮਾਮਾ ਕਹਿੰਦਾ ਮੇਰਾ ਜਿਹੜਾ ਕਦਮ ਅੱਗੇ ਨੂੰ ਜਾ ਰਹੇ ਨੇ, ਮੇਰਾ ਦਿਲ ਪਿੱਛੇ ਨੂੰ ਜਾ ਰਿਹਾ ਹੈ। ਚੇਨੀ ਤੇਜ਼ੀ 'ਚ ਗਿਆ ਹੈ ਨਾ, ਦੁੱਗਣੀ ਤੇਜ਼ੀ 'ਚ ਵਾਸ ਵਾਪਸ ਆ ਗਿਆ ਹੈ। ਮਸਜਿਦ ਨਬੀ ਦੇ ਕੱਚੇ ਸੀਨ 'ਚ ਜੱਗਾਂ ਦੇ ਪੀਰ ਲੇਟੇ ਨੇ, ਆਕਾ ਨੇ ਅੱਖਾਂ ਫੇਲੀਆਂ, ਸਮਾਮਾ ਫਿਰ ਆ ਗਿਆ ਹੈ। ਅੱਲਾ ਦੇ ਨਬੀ ਫਰਮਾਉਂਦੇ ਨੇ ਸਮਾਮਾ ਓਏ ਫਿਰ ਆ ਗਿਆ ਵੇ। ਕਹਿੰਦਾ ਆਪਣਾ ਬਣਾ ਕੇ ਛੱਡ ਦਿੱਤਾ
ਦਿੱਤਾ ਸੀ, ਹੁਣ ਕਹਿੰਦੇ ਉਹ ਫਿਰ ਆ ਗਿਆ ਹੈ। ਕਹਿੰਦਾ ਕਲਮਾ ਪੜਾਓ ਮੈਨੂੰ, ਕਰ ਲੋ ਮੁਰੀਦ ਜੀ, ਸੱਚੇ ਅੱਲਾ ਦੀ ਮੰਨਾ ਸੱਚੀ ਤੋਹੀਦ ਜੀ, ਤੁਸੀਂ ਅੱਲਾ ਦੇ ਰਸੂਲ ਦਿਲੋ ਹੋ ਗਈ ਤਾਈਦ ਜੀ, ਕਸਮ ਖੁਦਾ ਦੀ ਨਹੀਂ ਗੁੰਜਾਇਸ਼ ਇਨਕਾਰ ਦੀ, ਚੋਕ ਹਬੀਬ ਵਾਲੀ ਸੀਨੇ ਨੂੰ ਠਾਰ ਦੀ। ਕਲਮਾ ਪੜਿਆ ਤੇ ਸਮਾਮਾ ਮੁਸਲਮਾਨ ਹੋ ਗਿਆ ਏ। ਹੁਣ ਫਿਰ ਅੱਲਾ ਦੇ ਨਬੀ ਨੇ ਖਾਣਾ ਮੰਗਵਾਇਆ, ਇੱਥੇ ਇੱਕ ਗੱਲ ਨੋਟ ਕਰਨ ਵਾਲੀ, ਫਿਰ ਅੱਲਾ ਦੇ ਨਬੀ ਨੇ ਖਾਣਾ ਮੰਗਵਾਇਆ, 7 ਰੋਟੀਆਂ ਤੇ ਕੜਵਾ ਦੁੱਧਾ। ਹਦੀਸ ਦੇ ਅਲਫਾਜ਼ ਨੇ, ਇੱਕ ਰੋਟੀ ਖਾਧੀ ਤੇ ਥੋੜ੍ਹਾ ਜਿਹਾ ਦੁੱਧ ਪੀਤਾ। ਆਹ ਸਾਡੇ ਮੁਲਕ ਜਿਹੜੀ ਕਿੱਲਤ ਹੈ ਨਾ, ਇਹ ਸਾਡੇ ਮੁਲਕ ਜਿਹੜਾ ਤਬਾਹ ਹੋ ਚੁੱਕਿਆ ਹੈ, ਸਭ ਨਾਲੋਂ ਵੱਡੇ ਮੁਸ਼ਰਕ ਨੇ। ਮੁਸ਼ਰਕ ਕੱਢ ਦਿਓ ਪਾਕਿਸਤਾਨ ਦੇ ਵਿੱਚੋਂ, ਸ਼ਿਰਕ ਖਤਮ ਕਰ ਦਿਓ, ਅੱਲਾ ਤੁਹਾਡੀ ਮਾਇਸ਼ਤ ਨੂੰ ਦਰੁਸਤ ਕਰ ਦੇਵੇ। ਮੁਸ਼ਰਕ ਸੀ, 7 ਰੋਟੀਆਂ ਖਾ ਗਿਆ, ਮੁਸਲਮਾਨ ਹੋਇਆ, ਮੁਵਾਹਿਦ ਬਣ ਗਿਆ ਹੈ, ਐਲੇ ਤੋਹੀਦ ਬਣ ਗਿਆ ਹੈ, ਇੱਕ ਰੋਟੀ ਖਾਧੀ। ਐਵੇਂ ਨਹੀਂ ਆ ਪਾਕਿਸਤਾਨ 'ਚੋਂ ਆਟੇ ਦਾ ਕਾਲ ਨਹੀਂ ਮੁਕਦਾ, ਆ ਇੱਕ ਇੱਕ ਮਜੌਰ ਦੋ ਦੋ ਦੇਗਾਂ ਚਾਵਲਾਂ ਦੀਆਂ ਖਾਏ ਜਾਂਦਾ ਦਰਬਾਰਾਂ 'ਤੇ ਬਹਿ ਕੇ। ਸ਼ਿਰਕ ਪਾਕਿਸਤਾਨ ਨੂੰ ਖਤਮ ਹੋ ਜਾਏ ਨਾ, ਤੋਹੀਦ ਵਾਲੇ ਆ ਜਾਣ, ਅੱਲਾ ਤੁਹਾਡੀ ਮਾਇਸ਼ਤ ਨੂੰ ਦਰੁਸਤ ਕਰ ਦੇਗਾ। ਅੱਲਾ ਅੱਲਾ ਮੈਂ ਕੁਰਬਾਨ ਜਾਵਾਂ, ਕਲਮਾ ਪੜਿਆ ਤੇ ਮੁਸਲਮਾਨ ਹੋ ਗਿਆ, ਯਮਾਮਾ ਟੁਰ ਗਿਆ, ਹੁਣ ਯਮਾਮਾ ਜਾ ਕੇ ਇਹ ਹੁਣ ਮੱਕੇ ਵਾਲਿਆਂ ਦੀ ਜਿਹੜੀ ਗੰਦਮ ਹੈ ਨਾ, ਉਹ ਹਜ਼ਰਤ ਸਮਾਮਾ ਦੇ ਕੋਲੋਂ ਜਾਂਦੀ ਹੈ, ਸਮਾਮਾ ਦੀ ਮੋਹਰ ਲੱਗਦੀ ਹੈ ਤੇ ਗੰਦਮ ਜਾਂਦੀ ਯਮਾਮਾ ਦੇ ਵਿੱਚੋਂ। ਹੁਣ ਜਿਹੜੇ ਮੱਕੇ ਵਾਲੇ ਨੇ ਗੰਦਮ ਲੈਣ ਆਏ ਨੇ, ਤੋਂ ਗੰਦਮ ਲੈਣ ਆਏ ਨੇ ਨਾ, ਅੱਲਾ ਦੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਦਾ ਯਾਰ ਕਹਿੰਦਾ ਮੱਕੇ ਵਾਲਿਓ, ਹੁਣ ਤੁਹਾਨੂੰ ਗੰਦਮ ਨਹੀਂ ਮਿਲੇਗੀ, ਹੁਣ ਗੰਦਮ ਮਿਲੇਗੀ ਤੇ ਮੁਹੰਮਦ ਦੀਆਂ ਜੁੱਤੀਆਂ 'ਚ ਮਿਲੇਗੀ, ਹੁਣ ਗੰਦਮ ਮਿਲੇਗੀ ਤੇ ਅੱਲਾ ਦੇ ਰਸੂਲ ਦੀ ਮੋਹਰ 'ਚ ਮਿਲੇਗੀ, ਹੁਣ ਗੰਦਮ ਨਹੀਂ ਮਿਲੇਗੀ। ਇਹ ਅਬੂ ਸੁਫੀਆਨ ਬੜਾ ਦਨਾ ਆਦਮੀ, ਅਜੇ ਮੁਸਲਮਾਨ ਨਹੀਂ ਹੋਇਆ, ਇਹਨੇ ਸਾਰਿਆਂ ਨੂੰ ਜਮ੍ਹਾਂ ਕਰ ਲਿਆ ਤੇ ਜਮ੍ਹਾਂ ਕਰਕੇ ਕਹਿੰਦਾ ਮੱਕੇ ਵਾਲਿਓ, ਤੁਹਾਨੂੰ ਨਹੀਂ ਪਤਾ ਮੁਹੰਮਦ ਨੂੰ ਕਿਸ ਤਰ੍ਹਾਂ ਮੱਕੇ 'ਚੋਂ ਬਾਹਰ ਕੱਢਿਆ ਜੇ, ਅੱਜ ਕਿਸ ਮੂੰਹ ਨਾਲ ਉਹਦੇ ਕੋਲੋਂ ਗੰਦਮ ਦਾ ਮੁਤਾਲਬਾ ਕਰੋਗੇ, ਅੱਜ ਕਿਸ ਮੂੰਹ ਨਾਲ ਉਹਦੇ ਕੋਲੋਂ ਗੰਦਮ ਤੁਸੀਂ ਮੰਗੋਗੇ। ਮੈਂ ਕਹਿੰਦਾ ਇੱਕ ਚਿੱਠੀ ਲਿਖ ਦਿਓ, ਇੱਕ ਚਿੱਠੀ ਲਿਖ ਦਿਓ, ਚਿੱਠੀ ਲਿਖੋਗੇ ਉਹਨੇ ਗੰਦਮ ਦੇ ਦਿੱਤੀ ਫਿਰ ਵੀ ਇੱਜ਼ਤ ਰਹਿ ਜਾਏਗੀ, ਉਹਨੇ ਗੰਦਮ ਨਾ ਦਿੱਤੀ ਫਿਰ ਵੀ ਇੱਜ਼ਤ ਰਹਿ ਜਾਏਗੀ। ਅੱਲਾ ਅੱਲਾ ਮੈਂ ਕੁਰਬਾਨ ਜਾਵਾਂ, ਚਿੱਠੀ ਲਿਖਣ ਬਹਿ ਗਏ ਨੇ, ਇਹ ਚਿੱਠੀ ਪਿਆ ਲਿਖਦੇ ਨੇ, ਦਾਦ ਕੇ ਤੇਰੇ ਬੁੱਕੇ ਦਿੰਦੇ ਦੁਆਈਆਂ ਨੇ, ਸਖਤ ਤਕਲੀਫਾਂ ਬੁੜੀਆਂ ਬਾਲਾਂ ਨੇ ਪਾਈਆਂ ਨੇ, ਰੋਵਣ ਤਮਾਮ ਬੁੱਕ ਵੱਲ ਵੱਲ ਕੇ ਮਾਰਦੀ, ਚੋਕ ਹਬੀਬ ਵਾਲੀ ਸੀਨੇ ਨੂੰ ਠਾਰਦੀ। ਇਹਨਾਂ ਨੇ ਚਿੱਠੀ ਲਿਖੀ ਨਬੀ ਪਾਕ ਦੇ ਕੋਲ, ਚਿੱਠੀ ਗਈ ਹੈ। ਜਦੋਂ ਅੱਲਾ ਦੇ ਨਬੀ ਕੋਲ ਚਿੱਠੀ ਗਈ ਹੈ ਨਾ, ਅੱਲਾ ਦੇ ਨਬੀ ਦੇ ਪੁਰਾਣੇ ਜ਼ਖਮ ਵੀ ਤਾਜ਼ਾ ਹੋ ਗਏ ਨੇ। ਅੱਲਾ ਦੇ ਨਬੀ ਫਰਮਾਉਂਦੇ ਨੇ, ਇਹ ਤੇ ਉਹੀ ਮੱਕੇ ਵਾਲੇ ਨੇ ਜਿਨ੍ਹਾਂ ਮੇਰੇ ਬਿਲਾਲ ਨੂੰ ਤਪਤੇ ਸਰਾਵਾਂ 'ਤੇ ਲਿਟਾਇਆ, ਇਹ ਤੇ ਉਹੀ ਮੱਕੇ ਵਾਲੇ ਨੇ ਨਾ ਜਿਨ੍ਹਾਂ ਮੇਰੇ ਜ਼ੈਨਬ ਦੀ ਪੇਟ ਅੰਦਰ ਨੇਜ਼ਾ ਮਾਰਿਆ, ਇਹ ਤੇ ਉਹੀ ਮੱਕੇ ਵਾਲੇ ਨੇ ਜਿਨ੍ਹਾਂ ਮੇਰੀਆਂ ਬੇਟੀਆਂ ਨੂੰ ਤਲਾਕਾਂ ਦੇ ਦਿੱਤੀਆਂ ਨੇ, ਇਹ ਤੇ ਉਹੀ ਮੱਕੇ ਵਾਲੇ ਨੇ ਜਿਨ੍ਹਾਂ ਸੁਮੱਈਆ ਦੇ ਦੋ ਟੁਕੜੇ ਕਰ ਦਿੱਤੇ, ਇਹ ਤੇ ਉਹੀ ਮੱਕੇ ਵਾਲੇ ਨੇ ਜਿਨ੍ਹਾਂ ਸ਼ੇਬੇ ਅਬੀ ਤਾਲਬ ਦੇ ਅੰਦਰ ਮੈਂ ਮੁਹੰਮਦ ਨੂੰ ਜੇਲ੍ਹ ਦੇ ਅੰਦਰ ਬੰਦ ਕਰ ਦਿੱਤਾ, ਇਹ ਤੇ ਉਹੀ ਮੱਕੇ ਵਾਲੇ ਨੇ ਜਿਨ੍ਹਾਂ ਮੁਹੰਮਦ ਰਸੂਲੁੱਲਾ ਨੂੰ ਗਲੀਆਂ ਦੇ ਅੰਦਰ ਘਸੀਟਿਆ, ਇਹ ਤੇ ਉਹੀ ਮੱਕੇ ਵਾਲੇ ਨੇ ਨਾ ਜਿਨ੍ਹਾਂ ਮੇਰੀ ਸੁਮੱਈਆ ਦੇ ਦੋ ਟੁਕੜੇ ਕਰ ਦਿੱਤੇ। ਲੇਕਿਨ ਇਹ ਨਬੀ ਕੌਣ ਹੈ ਲਈ ਸਾਬੀ ਫਰਜ਼ ਹੈ ਵਲਾ
ਅਗਲੀ ਜ਼ਿੰਨ ਅੱਲਾ ਕੀ ਆਪੂ ਵਯਸਬਾ ਇਸ ਨਬੀ ਨੂੰ ਕਦੇ ਗੁੱਸਾ ਆਉਂਦਾ ਹੀ ਨਹੀਂ ਅੱਲਾ ਦੇ ਨਬੀ ਫਰਮਾਉਂਦੇ ਨੇ ਅਸ ਮਾਮਾ ਯਾਰ ਕੁਝ ਨਹੀਂ ਆਉਂਦਾ ਇਹਨਾਂ ਜਿੰਨੇ ਮਰਜ਼ੀ ਜ਼ੁਲਮ ਕੀਤੇ ਨੇ ਐਵੇਂ ਨਹੀਂ ਅੱਲਾ ਨੇ ਕਹਿ ਦਿੱਤਾ ਇਨਾ ਕਲਾਲਾ ਫੁਲੂਕਿਨ ਅਜ਼ੀਮ ਇਹਨਾਂ ਜਿੰਨੇ ਮਰਜ਼ੀ ਜ਼ੁਲਮ ਕੀਤੇ ਨੇ ਮੈਂ ਮੁਹੰਮਦ ਆਰਡਰ ਦੇ ਰਿਹਾ ਵਾਂ ਇਹਨਾਂ ਨੂੰ ਗੰਦਮ ਦੇ ਦਿਓ ਹਜ਼ਰਤ ਸਮਾਮਾ ਕੋਲ ਚਿੱਠੀ ਪਹੁੰਚੀਏ ਸਮਾਮਾ ਕਦੇ ਇਹਨੂੰ ਅੱਖਾਂ ਦੇ ਮਲਦਾ ਏ ਕਦੇ ਇਹਨੂੰ ਚੁੰਮਦਾ ਏ ਹੈਲਾਨੇ ਆਮ ਹੋ ਜਾਂਦਾ ਏ ਕਹਿੰਦਾ ਮੱਕੇ ਵਾਲਿਓ ਜਿੰਨਾ ਤੂੰ ਅੱਜ ਤੋਂ ਬਾਅਦ ਇੱਥੇ ਇੱਕ ਮਣ ਗੰਦਮ ਜਾਂਦੀ ਸੀ ਅੱਜ ਮੁਹੰਮਦ ਦਾ ਆਰਡਰ ਆ ਗਿਆ ਵੇ ਅੱਜ ਤੋਂ ਬਾਅਦ ਗੰਦਮ ਜਿਹੜੀ ਏ ਦੋ ਮਣ ਜਾਏਗੀ ਭਾਈ ਮੁਸਲਮਾਨੋ ਨਬੀ ਨੇ ਆਪਣੇ ਅਖਲਾਕ ਦੇ ਨਾਲ ਦਾਵਤ ਦਾ ਕੰਮ ਕੀਤਾ ਏ ਮੇਰੇ ਨਬੀ ਨੇ ਅਖਲਾਕ ਨਾਲ ਕੰਮ ਕੀਤਾ ਏ ਅੱਜ ਆਪਣਾ ਵੀ ਅਖਲਾਕ ਉਂਝ ਦਾ ਬਣਾ ਲਓ ਆਪਣੀ ਵੀ ਅਦਾਤ ਉਂਝ ਦੀਆਂ ਬਣਾ ਲਓ ਅਗਰ ਤੇਰੀ ਜ਼ੁਬਾਨ ਤੋਂ ਕੋਈ ਮੁਸਲਮਾਨ ਮਹਫੂਜ਼ ਨਹੀਂ ਏ ਯਾਦ ਰੱਖ ਫਿਰ ਤੂੰ ਮੁਹੰਮਦ ਦਾ ਉਮਤੀ ਨਹੀਂ ਏ ਅੱਲਾ ਦੇ ਨਬੀ ਨੇ ਫਰਮਾਇਆ ਕੱਲ ਕਿਆਮਤ ਵਾਲੇ ਦਿਨ ਆ ਮਾਲ ਦੇ ਅੰਦਰ ਸਭ ਨਾਲੋਂ ਜ਼ਿਆਦਾ ਵਜ਼ਨ ਅਖਲਾਕ ਦਾ ਹੋਏਗਾ ਔਰ ਸਭ ਨਾਲੋਂ ਜ਼ਿਆਦਾ ਵਜ਼ਨ ਅਖਲਾਕ ਦਾ ਹੋਏਗਾ ਅੱਲਾ ਅੱਲਾ ਮੈਂ ਕੁਰਬਾਨ ਜਾਵਾਂ ਕੌਣ ਮੇਰਾ ਨਬੀ ਏ ਸਭ ਨਾਮ ਪਿਆਰੇ ਲੱਗਦੇ ਨੇ ਸਭ ਨਾਮ ਪਿਆਰੇ ਲੱਗਦੇ ਨੇ ਹੈ ਵੱਖਰਾ ਨਾਮ ਮੁਹੰਮਦ ਦਾ ਅੱਲਾ ਦੇ ਬਾਜ ਜ਼ਮਾਨੇ ਵਿੱਚ ਹੈ ਚਰਚਾਆਮ ਮੁਹੰਮਦ ਦਾ ਸਭ ਨਾਮ ਪਿਆਰੇ ਲੱਗਦੇ ਨੇ ਹੈ ਵੱਖਰਾ ਨਾਮ ਮੁਹੰਮਦ ਦਾ ਮਹਬੂਬ ਨੇ ਜਦ ਐਲਾਨ ਕੀਤਾ ਸਦੀਕ ਨੇ ਸਭ ਕੁਰਬਾਨ ਕੀਤਾ ਮਹਬੂਬ ਨੇ ਜਦ ਐਲਾਨ ਕੀਤਾ ਸਦੀਕ ਨੇ ਸਭ ਕੁਰਬਾਨ ਕੀਤਾ ਸਦੀਕ ਨੇ ਸਭ ਕੁਰਬਾਨ ਕੀਤਾ ਇਹ ਵਾਰ ਕਿਤਾਨ ਦੀਆਂ ਲੀਰਾਂ ਨੂੰ ਇਹ ਵਾਰ ਕਿਤਾਨ ਦੀਆਂ ਲੀਰਾਂ ਨੂੰ ਕੀਤਾ ਖੂਬ ਇਤਰਾਮ ਮੁਹੰਮਦ ਦਾ ਸਭ ਨਾਮ ਪਿਆਰੇ ਲੱਗਦੇ ਨੇ ਹੈ ਵੱਖਰਾ ਨਾਮ ਮੁਹੰਮਦ ਦਾ ਉਹਨੂੰ ਮਾਲੋ ਜ਼ਰ ਦੀ ਲੋੜ ਨਹੀਂ ਕਿਸ ਨੇਮਤ ਦੀ ਕੋਈ ਤੋੜ ਨਹੀਂ ਕਿਸ ਨੇਮਤ ਦੀ ਕੋਈ ਤੋੜ ਨਹੀਂ ਸਰ ਮਾਲ ਤੇ ਛਾਇਆਂ ਬੁੱਲ ਵੈਸਣ ਸਰ ਮਾਲ ਤੇ ਛਾਇਆਂ ਬੁੱਲ ਵੈਸਣ ਜੋ ਬਣ ਗਿਆ ਗੁਲਾਮ ਮੁਹੰਮਦ ਦਾ ਸਭ ਨਾਮ ਪਿਆਰੇ ਲੱਗਦੇ ਨੇ ਹੈ ਵੱਖਰਾ ਨਾਮ ਮੁਹੰਮਦ ਦਾ ਅਗਰ ਜੰਨਤ ਮੇ ਜਾਣੇ ਕਾ ਇਰਾਦਾ ਹੈ ਤਮਾਮੀ ਕਾ ਤੋ ਗਲੇ ਮੇ ਪਹਿਨ ਲਓ ਕੁੜਤਾ ਮੁਹੰਮਦ ਕੀ ਗੁਲਾਮੀ ਕਾ ਵਾ ਆਖਿਰ ਦਾਵਾਨਾ ਅਲਹਮਦੁਲਿਲਾਹ ਰੱਬਿਲ ਆਲਮੀਨ।